ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ YouTube ਚੈਨਲ ਵਰਾਚ ਆਨਲਾਈਨ ਕਲਾਸਸ ਬੱਚੇ ਕਿਦਾਂ ਸਾਰੇ ਬੱਚੇ ਹੋਪ ਸਾਰੇ ਬੱਚੇ ਠੀਕ ਹੋਣਗੇ ਤੇ ਸਾਰੇ ਬੱਚਿਆਂ ਦੀ ਈਟੀਟੀ ਦੀ ਪ੍ਰੀਪਰੇਸ਼ਨ ਬਹੁਤ ਹੀ ਅੱਛੇ ਤਰੀਕੇ ਨਾਲ ਚੱਲ ਰਹੀ ਹੋਊਗੀ ਹਾਂਜੀ ਰਜੇ ਤਿਆਰੀ ਪੂਰੀ ਹੈ ਪੇਪਰ ਦੇ ਦਿਨ ਨਜ਼ਦੀਕ ਆ ਰਹੇ ਨੇ ਕਾਊਂਟਡਾਊਨ ਸਟਾਰਟ ਹੋ ਗਿਆ ਹੁਣ ਤਾਂ ਗਿਣਤੀ ਦੇ ਦਿਨ ਰਹਿ ਗਏ ਆ ਦਿਨ ਹੁਣ ਵੱਧ ਘਟਦੇ 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 ਜਾ ਰਹੇ ਆ ਬੱਚੇ ਤਾਂ ਇਸ ਲਈ ਆਪਣੀ ਰਿਵੀਜ਼ਨ ਹੈ ਜਿਹੜੀ ਉਹ ਹੁਣ ਰਿਵੀਜ਼ਨ ਸ਼ਡਿਊਲ ਸਟਾਰਟ ਕਰ ਦਿਓ ਆਪਣਾ ਜੋ ਵੀ ਤੁਸੀਂ ਪ੍ਰਪੇਅਰ ਕੀਤਾ ਮਟੀਰੀਅਲ ਉਹਦੀ ਰਿਵੀਜ਼ਨ ਕਰੋ ਜਸਟ ਠੀਕ ਹੈ ਰਜੇ ਲੈਕਚਰਸ ਨੂੰ ਸੁਣ ਲਓ ਜੋ ਤੁਸੀਂ ਲਿਖਿਆ ਉਹਨੂੰ ਦੁਆਰਾ ਦੁਆਰਾ ਪੜ੍ਹ ਲਓ ਤਾਂ ਕਿ ਹੁਣ ਜਿਹੜੇ ਗਿਣਤੀ ਦੇ ਦਿਨ ਹੈ ਤੁਹਾਡੀ ਜਿਹੜੀ ਇੱਕ ਅੱਦੇ ਪੁਆਇੰਟ 'ਚ ਕਿਸੇ 'ਚ ਤੁਸੀਂ ਵੀਕ ਹੋ ਤਾਂ ਉਹਦੀ ਰਿਵੀਜ਼ਨ ਕਰਕੇ ਉਹਨੂੰ ਵੀ ਸਟਰੋਂਗ ਬਣਾ ਸਕੋ ਠੀਕ ਹੈ ਬਹੁਤ ਟਾਈਮ ਤੋਂ ਬੱਚਿਆਂ ਦੇ ਮੈਸੇਜਸ ਆ ਰਹੇ ਸੀਗੇ ਮੈਮ ਇੰਗਲਿਸ਼ 'ਚ ਵੀਡੀਓਜ਼ ਬਣਾਓ ਇੰਗਲਿਸ਼ 'ਚ ਵੀਡੀਓਜ਼ ਬਣਾਓ ਤਾਂ ਫਾਈਨਲੀ ਤੁਹਾਡੀ ਵੇਟ ਓਵਰ ਹੋ ਗਈ ਹੈ ਬੱਚੇ ਹੁਣ ਆਪਾਂ ਜਿਹੜੇ ਆਪਣੇ ਦਿਨ ਪੈਂਡਿੰਗ ਬਚ ਗਏ ਆਪਾਂ ਸਿਰਫ ਇੰਗਲਿਸ਼ ਦੇ ਵੀਡੀਓਜ਼ ਹੀ ਬਣਾਵਾਂਗੇ ਠੀਕ ਹੈ ਜੀ ਇੰਗਲਿਸ਼ ਦੇ ਵੀਡੀਓ ਹੋਪ ਕੋਸ਼ਿਸ਼ ਕਰਾਂਗੇ ਅਦਰ ਸਬਜੈਕਟਸ ਦੇ ਵੀ ਬਣਾ ਸਕੀਏ ਬਟ ਇੰਗਲਿਸ਼ ਦੇ ਨੂੰ ਟਾਰਗੇਟ ਕੀਤਾ ਹੋਇਆ ਕਿ ਬੱਚਿਆਂ ਦੀ ਕਾਫੀ ਡਿਮਾਂਡ ਆ ਰਹੀ ਸੀ ਕਿ ਮੈਮ ਇੰਗਲਿਸ਼ ਦੇ ਵੀਡੀਓਜ਼ ਬਣਾ ਦਿਓ ਇੰਗਲਿਸ਼ ਦੇ ਵੀਡੀਓ ਬਣਾ ਦੋ ਤਾਂ ਹੁਣ ਸਾਡਾ ਟਾਰਗੇਟ ਹੈ ਕਿ ਇੰਗਲਿਸ਼ ਦਾ ਸਿਲੇਬਸ ਹੈ ਜਿਹੜਾ ਥੋੜੇ ਵੀਡੀਓਜ਼ ਦੇ ਵਿੱਚ ਹੀ ਕਵਰ ਅਪ ਕਰਵਾ ਦਈਏ ਕਿਉਂਕਿ ਦਿਨ ਵੀ ਬਹੁਤ ਘੱਟ ਰਹਿ ਗਿਆ ਜਸਟ ਕੁਇਕ ਰਿਵੀਜ਼ਨ ਕਰਵਾਵਾਂਗੇ ਬੱਚੇ ਕੀ ਮੋٹے ਮੋٹے ਪੁਆਇੰਟ ਜਿਹੜੇ ਤੁਹਾਨੂੰ ਐਗਜ਼ਾਮ ਦੇ ਪੁਆਇੰਟ ਆਫ View ਤੋਂ ਆ ਸਕਦੇ ਆ ਉਹਦੀ ਕੁਇਕ ਰਿਵੀਜ਼ਨ ਕਰਵਾਵਾਂਗੇ ਤਾਂ ਲੈਕਚਰਸ ਨੂੰ ਸਾਰਿਆਂ ਨੂੰ ਧਿਆਨ ਨਾਲ ਅਟੈਂਡ ਕਰ ਲਿਓ ਤਾਂ ਇਸ ਤੋਂ ਬਾਅਦ ਤੁਹਾਨੂੰ ਇੰਗਲਿਸ਼ ਤੇ ਜ਼ਿਆਦਾ ਇਨਾ ਜ਼ਿਆਦਾ ਮਤਲਬ ਤੁਹਾਨੂੰ ਲੋਡ ਨਹੀਂ ਆ ਤਾਂ ਜੇ ਤੁਸੀਂ ਇਹ ਵੀਡੀਓਜ਼ ਦੇਖ ਲਓਗੇ ਤਾਂ ਇੰਨੇ ਹੀ ਤੁਹਾਡੇ ਲਈ ਇਨਾਫ ਹੋਊਗਾ ਠੀਕ ਹੈ ਜ਼ਿਆਦਾ ਸਟ्रेस ਲੈਣ ਦੀ ਲੋੜ ਨਹੀਂ ਇਹ ਵੀਡੀਓ ਤੁਹਾਡੇ ਲਈ ਸਫੀਸ਼ੀਐਂਟ ਹੋਣਗੀਆਂ ਇਨਾਂ ਦੇ ਵਿੱਚੋਂ ਤੁਹਾਨੂੰ ਪੇਪਰ ਆ ਜੂਗਾ ਜੋ ਤੁਹਾਨੂੰ ਅਸੀਂ ਅਪਕਮਿੰਗ ਇੰਗਲਿਸ਼ ਦੇ ਲੈਕਚਰ ਲੈ ਕੇ ਆਵਾਂਗੇ ਸਾਰੇ ਲੈਕਚਰਸ ਬੱਚਿਆਂ ਨੇ ਧਿਆਨ ਨਾਲ ਅਟੈਂਡ ਕਰਨੀ ਹੈ ਠੀਕ ਹੈ ਜੀ ਅੱਜ ਆਪਾਂ ਕਰਦੇ ਹਾਂ ਜੀ ਆਪਣੀ ਇੰਗਲਿਸ਼ ਦੀ ਫਰਸਟ ਵੀਡੀਓ ਸਟਾਰਟ ਠੀਕ ਹੈ ਜੀ ਆਪਣਾ ਪਹਿਲਾ ਟੌਪਿਕ ਹੈ ਤੁਹਾਡਾ ਸਿਲੇਬਸ ਦਾ ਆਰਟੀਕਲਸ ਠੀਕ ਹੈ ਆਰਟੀਕਲਸ ਬਹੁਤ ਹੀ ਈਜ਼ੀ ਦਾ ਟੌਪਿਕ ਹੈ ਵੈਸੇ ਅਸੀਂ ਇੰਗਲਿਸ਼ ਨਹੀਂ ਸਟਾਰਟ ਕੀਤੀ ਸੀ ਕਿਉਂਕਿ ਬਹੁਤ ਹੀ ਕਾਮਨ ਜਿਹਾ ਟੌਪਿਕ ਪਾਇਆ ਹੋਇਆ ਇੰਗਲਿਸ਼ ਦੇ ਵਿੱਚ ਬਟ ਬੱਚਿਆਂ ਨੇ ਮੈਸੇਜਸ ਆ ਰਹੇ ਸੀ ਕਿ ਮੈਮ ਇੰਗਲਿਸ਼ ਕਰਵਾ ਦਿਓ ਤਾਂ ਇਸ ਲਈ ਅਸੀਂ ਕਿਹਾ ਵੀ ਚਲੋ ਇੰਗਲਿਸ਼ ਦੇ ਵੀਡੀਓਜ਼ ਵੀ ਅਪਲੋਡ ਕਰ ਦਨੇ ਆ ਠੀਕ ਹੈ ਜੀ ਤਾਂ ਇੰਗਲਿਸ਼ ਦੇ ਵਿੱਚ ਆਪਾਂ ਆਪਣਾ ਫਰਸਟ ਟਾਪਿਕ ਹੈ ਜੀ ਅੱਜ ਦਾ ਆਰਟੀਕਲਸ ਠੀਕ ਹੈ ਬੱਚੇ ਆਰਟੀਕਲਸ ਉਹ ਪਹਿਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਗੇ ਅਗਰ ਇਹਨਾਂ ਦੀ ਤੁਸੀਂ ਜਸਟ ਇੱਕ ਕੈਨ ਲਓ ਵੀ ਅਸੀਂ ਰਿਵੀਜ਼ਨ ਹੀ ਕਰ ਰਹੇ ਆ ਠੀਕ ਹੈ ਜੀ ਰਿਵੀਜ਼ਨ ਲੈ ਕੇ ਚੱਲੋ ਕਿ ਇੰਗਲਿਸ਼ ਦੇ ਅਸੀਂ ਰਿਵੀਜ਼ਨ ਕਰ ਰਹੇ ਆ ਤਾਂ ਐਜ਼ ਅ ਰਿਵੀਜ਼ਨ ਤੁਸੀਂ ਲੈਕਚਰਸ ਨੂੰ ਅਟੈਂਡ ਕਰੋ ਤਾਂ ਤੁਹਾਡੇ इजीली ਜਿਹੜੇ ਲੈਕਚਰਸ ਆ ਉਹ ਦਿਮਾਗ ਦੇ ਵਿੱਚ ਫਿੱਟ ਹੋ ਜਾਣਗੇ ਆਰਟੀਕਲਸ ਆਪਣੇ ਤਿੰਨ ਪ੍ਰਕਾਰ ਦੇ ਹੁੰਦੇ ਜੀ 3 ਹੁੰਦੇ ਨੇ ਜੀ ਆਰਟੀਕਲ ਏ ਐਨ ਦਾ ਠੀਕ ਹੈ ਏ ਐਨ ਦਾ ਆਪਣੀ ਤੇ ਨਾ ਆਰਟੀਕਲਸ ਹੁੰਦੇ ਆ ਪੜ੍ਹੇ ਆ ਬਚਪਨ ਤੋਂ ਲੈ ਕੇ ਪੜ੍ਹਦੀ ਆ ਰਹੇ ਆ ਠੀਕ ਹੈ ਜੀ ਜਦੋਂ ਨੀ ਇੰਗਲਿਸ਼ ਆਪਾਂ ਗ੍ਰਾਮਰ ਸਟਾਰਟ ਕੀਦੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਆਰਟੀਕਲ ਸੀ ਕਰਵਾਏ ਜਾਂਦੇ ਆ ਠੀਕ ਹੈ ਜੀ ਤਾਂ ਆਰਟੀਕਲਸ ਆਪਣੇ ਟੂ ਟਾਈਪਸ ਨੇ ਇਨਡੈਫਿਨਿਟ ਤੇ ਡੈਫੀਨਿਟ ਠੀਕ ਹੈ ਇਨਡੈਫਿਨਿਟ ਤੇ ਡੈਫੀਨਿਟ ਆਰਟੀਕਲਸ ਇਨਡੈਫਿਨਿਟਸ ਦੇ ਵਿੱਚ ਦੋ ਆ ਜਾਂਦੇ ਜੀ ਆਪਣੇ ਏ ਔਰ ਐਨ ਏ ਐਂਡ ਐਨ ਆਪਣੇ ਇਨਡੈਫਿਨਿਟ ਆਰਟੀਕਲਸ ਨੇ ਆ ਜਾਂਦੇ ਤੇ ਜਿਹੜੇ ਡੈਫੀਨਿਟ ਡੈਫੀਨਿਟ ਮੀਨਸ ਜੋ ਨਿ ਨਿਸ਼ਚਿਤ ਹੁੰਦੀ ਹੈ ਠੀਕ ਹੈ ਫਿਕਸ ਹੁੰਦੇ ਨੇ ਉਹ ਆਪਣੇ ਡੈਫੀਨਿਟ ਆਰਟੀਕਲ ਆ ਜਾਂਦੇ ਨੇ ਵੈਦਰ ਆਪਾਂ ਫਰਦਰ ਡਿਸਕਸ ਕਰਾਂਗੇ ਬਟ ਨਾਓ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਏ অর ਐਨ ਠੀਕ ਹੈ ਏ ਐਨ ਐ ਦੇ ਬਾਰੇ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬੱਚੇ ਇਨਡੈਫੀਨਿਟ ਆਰਟੀਕਲਸ ਬਾਰੇ ਠੀਕ ਹੈ ਪੜਦੇ ਹਾਂ ਡੀਟੇਲ ਦੇ ਵਿੱਚ ਹੁੰਦਾ ਕੀ ਹੈ ਕਹਿੰਦੇ ਵੀ ਯੂਜ਼ ਇਨਡੈਫੀਨਿਟ ਆਰਟੀਕਲਸ ਵਿਦ ਸਿੰਗੂਲਰ ਨਾਉਨ ਇੱਕ ਵਚਨ ਦੇ ਨਾਲ ਸਿੰਗੂਲਰ ਨਾਉਨ ਦੇ ਨਾਲ ਯੂਜ਼ ਹੁੰਦੇ ਆ ਆਲਮੋਸਟ ਯਾਦ ਰੱਖਿਓ ਆਲਵੇਜ਼ ਕੀ ਆਰਟੀਕਲਸ ਜਿਹੜੇ ਇਨਡੈਫਿਨਿਟ ਆ a ਔਰ an ਹਮੇਸ਼ਾ ਸਿੰਗੂਲਰ ਨਾਉਨ ਨਾਉਨ ਦੇ ਨਾਲ ਯੂਜ਼ ਹੋਣਗੇ ਇਕਵਚਨ ਠੀਕ ਹੈ ਜੀ ਮੂਹ ਕਰਦੇ ਹਾਂ ਜੀ ਨੈਕਸਟ ਆਗੇ ਜੀ ਆਪਣਾ ਡੈਫਿਨਿਟ ਜਿਹੜੇ ਹੁੰਦੇ ਨੇ ਨਿਸ਼ਚਿਤ ਡੈਫਿਨਿਟ ਜਿਹੜੇ ਫਿਕਸ ਹੁੰਦੇ ਨੇ ਉਹਨਾਂ ਬਾਰੇ ਫਰਦਰ ਡਿਟੇਲ ਦੇ ਵਿੱਚ ਅੱਗੇ ਕਰਾਂਗੇ ਇੰਗਲਿਸ਼ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਕਿੰਨੇ ਅਲਫਾਬੈਟਸ ਨੇ ਟੋਟਲ 26 देयर आर 26 ਅਲਫਾਬੈਟਸ ਇਨ ਇੰਗਲਿਸ਼ ਠੀਕ ਹੈ ਜੀ ਉਹਦੇ ਵਿੱਚੋਂ ਆਪਣੇ ਵੌਵਲਸ ਹੁੰਦੇ ਨੇ ਤੇ ਕੌਨਸੋਨੈਂਟ ਆਪਣੇ ਇੰਗਲਿਸ਼ ਅਲਫਾਬੈਟਸ ਦਾ ਦੋ ਪਾਰਟਸ ਤੋਂ ਕੰਬੀਨ ਸ਼ਬਦ ਹੈ ਵੌਵਲਸ ਪਲੱਸ ਕੌਨਸੋਨੈਂਟਸ ਠੀਕ ਹੈ ਵੌਵਲਸ ਕਿਹੜੇ ਹੁੰਦੇ ਆਪਣੇ ਏ ਈ ਆਈ ਓ ਯੂ ਏ ਈ ਆਈ ਓ ਯੂ देयर आर 4 ਵੌਵਲਸ ਇਨ ਇੰਗਲਿਸ਼ ਪੰਜ ਵੌਵਲ ਅੱਖਰ ਹੁੰਦੇ ਆ ਜੀ ਆਪਣੇ ਤੇ ਜਿਹੜੇ ਬਾਕੀ 21 ਰਿਮੇਨਿੰਗ 21 ਰਿਮੇਨਿੰਗ ਦੇ ਆਰ ਕੌਨਸੋਨੈਂਟਸ ਠੀਕ ਹੈ ਦੇ ਆਰ ਕੌਨਸੋਨੈਂਟਸ ਠੀਕ ਹੈ ਬੱਚੇ ਸਾਰਿਆਂ ਨੂੰ ਪਤੀ ਹੋ ਗਿਆ ਵੈਸੇ ਇਦਾਂ ਦਾ ਕੁਐਸਚਨ ਨਹੀਂ ਆਉਂਦਾ ਜਸਟ ਥਿਸ ਇਸ only for year general knowledge ਠੀਕ ਹੈ ਜੀ ਤਾਂ ਇਹ ਆਪਣੇ ਪੰਜ ਵੌਲਟ ਹੁੰਦੇ ਆ ਐਂਡ 21 ਆਪਣੇ ਕੌਨਸਨੈਂਟ ਹੁੰਦੀ ਹੈ ਠੀਕ ਹੈ ਜੀ ਵੀਡੀਓ ਥੋੜੀ ਜੀ ਫਾਸਟ ਕਰਵਾ ਰਹੀਆਂ ਜਿੰਨਾ ਬੱਚਿਆਂ ਨੂੰ ਫਾਸਟ ਲੱਗ ਰਿਹਾ ਉਹ ਜਿਹੜੀ ਆਪਣੀ ਪਲੇਬੈਕ ਸਪੀਡ ਆ ਉਹਨੂੰ ਘੱਟ ਕਰਕੇ ਦੇਖ ਲਿਓ ਕਿਉਂਕਿ ਮੈਂ ਨਹੀਂ ਚਾਹਦੀ ਕਿ ਇੱਕ ਸਿੰਪਲ ਜਿਹਾ ਟਾਪਿਕ ਅਸੀਂ ਬਹੁਤ ਜ਼ਿਆਦਾ ਲੰਬਾ ਲੈ ਕੇ ਜਾਈਏ ਤੇ ਬੱਚਿਆਂ ਦਾ ਟਾਈਮ ਵੇਸਟ ਕਰੀਏ ਠੀਕ ਹੈ مین مین پوائنٹ ਤੁਹਾਨੂੰ ਦੱਸ ਨਹੀਂ ਅਗਰ ਕਿਸੇ ਨੇ ਹੌਲੀ ਸਮਝਣਾ ਪਲੇਬੈਕ ਸਪੀਡ ਘਟਾ ਕੇ ਸਮਝ ਲਿਓ ਜੇ ਕਿਸੇ ਨੇ ਅੱਧੋਂ ਵੀ ਜ਼ਿਆਦਾ ਫਾਸਟ ਸਮਝਣਾ ਤਾਂ ਪਲੇਬੈਕ ਸਪੀਡ ਨੂੰ 1.5 1.25 दैट इज ਯਰ ਵਿਸ਼ ਉੱਤੇ ਤੁਸੀਂ ਕਲਿੱਕ ਕਰਕੇ ਉਹਦੀ ਉਨੀ ਸਪੀਡ ਰੱਖ ਸਕਦੇ ਹੋ ਠੀਕ ਹੈ ਬੱਚੇ ਹੁਣ ਆਪਾਂ ਪੜਾਂਗੇ ਜੀ ਆਰਟੀਕਲ ਯੂਜ਼ ਆਫ ਏ ਫਸਲੀ ਆਪਾਂ ਕਰਾਂਗੇ ਯੂਜ਼ ਆਫ ਏ ਦੈਨ ਵੇਅਰ ਵੀ ਯੂਜ਼ ਏ ਏ ਕਿ ਆਪਾਂ ਕਿੱਥੇ ਯੂਜ਼ ਕਰਦੇ ਹਾਂ ਠੀਕ ਹੈ ਏ ਆਪਾਂ ਕਿੱਥੇ ਯੂਜ਼ ਕਰਦੇ ਹਾਂ ਤਾਂ ਆਪਾਂ ਉਹਦੀ ਪੁਆਇੰਟ ਪੜਾਂਗੇ ਕਿ ਏ ਆ ਜਿਹੜਾ ਉਹ ਕਿੱਥੇ ਕਿੱਥੇ ਹੋਣਾ ਬਿਕਾਜ਼ ਤੁਹਾਨੂੰ ਇਗਜ਼ਾਮ ਦੇ ਵਿੱਚ ਬਲੈਂਕਸ ਹੀ ਆਣੀਆਂ ਬੱਚੇ ਬਲੈਂਕ ਆਨ ਬਲੈਂਕ ਬਲੈਂਕ ਆਊਗੀ ਤੁਸੀਂ ਪੁੱਟ ਕਰਨਾ ਹੋਊਗਾ ਆਰਟੀਕਲ ਆਰਟੀਕਲ ਪੁੱਟ ਕਰਨਾ ਹੈ ਆਰਟੀਕਲ ਉਦਾਂ ਹੀ ਪੁੱਟ ਤੁਹਾਨੂੰ ਬਟ ਇਹ ਕੰਪਲੀਕੇਟਡ ਹੁੰਦਾ ਆਪਾਂ ਨੂੰ ਅਲਾ ਦਾ ਵੀ ਏ ਏ ਲਾਵਾਂਗੇ ਵੀ ਸਹੀ ਹੋ ਸਕਦਾ ਐਂਡ ਭਰਾਂਗੇ ਐਂਡ ਵੀ ਸਹੀ ਜਿਹਾ ਲੱਗ ਰਿਹਾ ਦਾ ਭਰਾਂਗੇ ਦਾ ਵੀ ਸਹੀ ਜਿਹਾ ਲੱਗ ਰਿਹਾ ਬਟ ਉੱਥੇ ਸਹੀ ਜਿਹਾ ਲਾ ਕੇ ਨਹੀਂ ਦੇਖਣਾ ਆਪਾਂ ਆਪਾਂ ਨੂੰ ਗ੍ਰੈਮੈਟੀਕਲ ਨੋਲੇਜ ਹੋਣੀ ਚਾਹੀਦੀ ਹੈ ਪ੍ਰੋਪਰ ਵੇਨ ਆਪ ਨੂੰ ਗ੍ਰੈਮੈਟੀਕਲ ਨੋਲੇਜ ਹੁੰਦੀ ਆਪਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਪਤਾ ਹੋਣੇ ਚਾਹੀਦੇ ਆ ਥੈਨ ਆਪਾਂ ਨੇ ਪੁੱਟ ਕਰਨਾ ਠੀਕ ਆ ਆਪਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਪਤਾ ਹੋਣੇ ਕੀ ਰੂਲਸ ਨੇ ਗ੍ਰਾਮਰ ਦੇ ਗ੍ਰੈਮੈਟੀਕਲ ਰੂਲਸ ਆਪਾਂ ਨੂੰ ਪਤਾ ਹੋਣੀ ਚਾਹੀਦੇ ਆ ਕਿ ਕਿੱਥੇ ਵੇਅਰ ਵੀ ਯੂਜ਼ ਏ ਵੇਅਰ ਵੀ ਯੂਜ਼ ਦਾ ਵੇਅਰ ਵੀ ਯੂਜ਼ ਐਂਡ ਸਾਰਾ ਆਪਣਾ ਜੇ ਪਤਾ ਹੋਊਗਾ ਥੈਨ ਆਪਾਂ इजीली ਆਪਣਾ ਆਨਸਰ ਪੁੱਟ ਕਰ ਸਕਦੇ ਆ ਠੀਕ ਹੈ ਜੀ ਬਿਕੋਜ਼ ਐਗਜ਼ਾਮ ਨੂੰ ਇੰਨਾ ਕੰਪਲਿਕੇਟਡ ਮਤਲਬ ਕੰਪਲਿਕੇਟਡ ਨਹੀਂ ਕਹਿ ਸਕਦੇ ਇੰਨਾ ਫਲੈਕਸੀਬਲ ਕਰਕੇ ਉਲਝਾਇਆ ਨਾ ਹੁੰਦਾ ਹੁਣ ਤਾਂ ਬੜਾ ਹੀ ਸਿੰਪਲ ਆ ਬਟ ਉਹਨੂੰ ਥੋੜਾ ਜਿਹਾ ਉਲਝਾ ਕੇ ਪਾਉਂਦੇ ਪਰ ਨਹੀਂ ਪਤਾ ਲੱਗਦਾ ਕਿ ਤਿੰਨਾਂ ਦੇ ਵਿੱਚੋਂ ਕਿਹੜਾ ਸਹੀ ਆਨਸਰ ਆਣਾ ਹੈ ਤੇ ਉੱਥੇ ਆਪਾਂ ਮਿਸਟੇਕ ਕਰ ਦIANਨੇ ਆ ਠੀਕ ਹੈ ਜੀ ਤਾਂ ਉਹਦੇ ਨਾਲ ਜਿਹੜੇ ਰਿਲੇਟਡ ਜ਼ਿਆਦਾ ਹਾਰਡ ਐਂਡ ਫਾਸਟ ਰੂਲ ਨਹੀਂ ਹੈਗੇ ਬਹੁਤ ਹੀ ਸਿੰਪਲ ਜਿਹੀ ਰੂਲ ਨੇ ਉਹਨਾਂ ਨੂੰ ਯਾਦ ਕਰ ਲਿਓ ਠੀਕ ਹੈ ਬੱਚੇ ਰੂਲ ਆਪਾਂ ਹੁਣ ਪੜਨ ਲੱਗਿਆਂ ਫਸਟ ਰੂਲ ਹੈ ਆਪਣਾ with the consonant sound with the consonant words sorry with the consonant words ਇਥੇ ਆਪਾਂ ਨੂੰ ਵਿਅੰਜਨ ਦੀ ਸਾਊਂਡ ਆਉਂਦੀ ਹੈ ਵਿਅੰਜਨ ਕਿਹੜੇ ਆਪਣੇ ਕੌਨਸੋਨੈਂਟ 21 ਕੌਨਸੋਨੈਂਟ ਨਹੀਂ ਠੀਕ ਹੈ ਵਿਅੰਜਨ ਤੁਸੀਂ ਜਿਹੜਾ ਮਤਲਬ ਤੁਹਾਨੂੰ ਇੱਕ ਵਰਡ ਦਿੱਤਾ ਬਲੈਂਕ ਹੈ ਉਹਦੇ ਅੱਗੇ ਇੱਕ ਵਰਡ ਦਿੱਤਾ ਬੁੱਕ ਤੁਸੀਂ ਫਰਸਟ ਲੈਟਰ ਦੀ ਸਾਊਂਡ ਦੇਖਣੀ ਹੈ ਠੀਕ ਹੈ ਫਰਸਟ ਲੈਟਰ ਜਿਹੜਾ ਤੁਸੀਂ ਤੁਹਾਡੀ ਬਲੈਂਕ ਤੋਂ ਪਹਿਲਾਂ ਵਾਲਾ ਫਰਸਟ ਲੈਟਰ ਹੈ ਫੋਰ ਇਗਜ਼ਾਮਪਲ ਡੈਸ਼ ਬੁੱਕ ਤੁਸੀਂ ਇਹਦੀ ਸਾਊਂਡ ਦੇਖਣੀ ਹੈ ਕਿ ਵਿਅੰਜਨ ਦੀ ਸਾਊਂਡ ਕੱਢ ਰਿਹਾ ਬੁੱਕ ਬੁੱਕ ਬ ਤਾਂ ਬੱਬਾ ਕੀ ਹੈ ਇੱਕ ਵਿਅੰਜਨ ਹੈ ਠੀਕ ਹੈ ਤੇ ਕੰਸੋਨੈਂਟ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਕੰਸੋਨੈਂਟ ਵਰਡ ਹੈ ਤਾਂ ਉਹਨੇ ਅੱਗੇ ਆਪਾਂ ਹਮੇਸ਼ਾ ਕੀ ਪੁੱਟ ਕਰਨਾ ਹੈ ਏ ਠੀਕ ਹੈ ਜੀ ਏ ਪੁੱਟ ਕਰਨਾ ਹੈ ਠੀਕ ਹੈ ਜੀ ਕੀ ਪੁੱਟ ਕਰਨਾ ਹੈ ਏ ਬੱਚੇ ਠੀਕ ਹੈ ਫੋਰ ਐਗਜ਼ਾਮਪਲ ਅ ਕੈਟ ਅ ਬੁੱਕ ਅ ਕੈਟ ਅ ਕਾਓ ਅ ਹਾਰਸ ਐਂਡ ਸੋ ਔਨ ਠੀਕ ਹੈ ਜੀ ਅ ਹਾਰਸ ਇਹ ਵੀ ਕੰਸੋਨੈਂਟ ਹੈ ਇਹ ਵੀ ਕੰਸੋਨੈਂਟ ਹੈ ਇਹ ਵੀ ਕੰਸੋਨੈਂਟ ਹੈ ਇਹ ਵੀ ਕੰਸੋਨੈਂਟ ਹੈ ਫਰਸਟ ਵਰਡ ਕੰਸੋਨੈਂਟ ਹੈ ਤੇ ਵਿਅੰਜਨ ਦੀ ਸਾਊਂਡ ਨਿਕਲ ਰਹੀ ਹੈ ਕਾਉ ਕੱਕੀ ਤੇ ਹੋਰ ਸਹਾਹੀ ਦੇ ਕੈਟ ਵੀ ਕੱਕੇ ਦੇ ਸਾਰੇ ਵਿਅੰਜਨ ਨੇ ਕਿਉਂਕਿ ਸਵਰ ਕਿਹੜੇ-ਕਿਹੜੇ ਹੁੰਦੇ ਆ ਆਪਣੇ ਊੜਾ ਐੜਾ ਤੇ ਈੜੀ ਤਿੰਨ ਸਵਰ ਨੇ ਠੀਕ ਹੈ ਆਪਣੇ ਸਵਰ ਤਿੰਨ ਨੇ ਜੀ ਤਿੰਨ ਸਵਰ ਨੇ ਇਹਨਾਂ ਤਿੰਨ ਸਵਰਾਂ ਤੋਂ ਇਲਾਵਾ ਆਪਣੇ ਜਿਹੜੀ ਵੀ ਪੰਜਾਬੀ ਗੁਰਮੁਖੀ ਦੇ ਵਿੱਚ ਅੱਖਰ ਨੇ ਉਹ ਸਾਰੇ ਕੀ ਨੇ ਜੀ ਵਿਅੰਜਨ ਨੇ ਠੀਕ ਹੈ ਵਿਅੰਜਨ ਦੀ ਸਾਊਂਡ ਆਉਂਦੀ ਹੋਵੇ ਕੌਨਸੋਨੈਂਟ ਵਰਡ ਹੋਵੇ ਤਾਂ ਉੱਥੇ ਆਪਾਂ ਕੀ ਪੁੱਟ ਕਰਾਂਗੇ ਏ ਠੀਕ ਹੈ ਜੀ ਫਸਟ ਰੂਲ ਪਤਾ ਲੱਗ ਗਿਆ ਜੀ ਠੀਕ ਹੈ ਜੀ ਨਾ ਨ ਮੂਵ ਟੂ ਦ ਨੈਕਸਟ ਰੂਲ ਉਸ ਸਿੰਗੂਲਰ ਨਾਉਨ ਦੇ ਨਾਲ ਯੂਜ਼ ਕਰਦੇ ਆ ਜੋ ਈ ਜਾਂ ਯੂ ਤੋਂ ਸ਼ੁਰੂ ਹੁੰਦਾ ਪਰ ਸਾਊਂਡ ਯੂ ਦੀ ਆਉਂਦੀ ਹੋਵੇ ਠੀਕ ਹੈ ਵੈਸੇ ਸਟਾਰਟ ਈ ਜਾਂ ਯੂ ਤੋਂ ਹੋ ਰਿਹਾ ਠੀਕ ਹੈ ਸਟਾਰਟ ਆਪਣਾ ਜਿਹੜਾ ਨਾਉਨ ਹੈ ਉਹ ਈ ਜਾਂ ਯੂ ਤੋਂ ਹੋ ਰਿਹਾ ਬਟ ਜਿਹੜੀ ਉਹਦੀ ਸਾਊਂਡ ਹੈ ਉਹ ਯੂ ਦੀ ਆ ਰਹੀ ਹੈ ਯੂ ਯੂ ਯਾਨੀ ਕਿ ਯਈਆ ਠੀਕ ਹੈ ਯੂ ਦੀ ਸਾਊਂਡ ਕੱਢ ਰਹੇ ਆ ਬਟ ਸਟਾਰਟ ਆਪਣੇ ਉਹ ਵਾਉ ਲਖਰ ਤੋਂ ਹੋ ਰਿਹਾ ਆ ਆਪਾਂ ਵੈਸੇ ਕਹਿੰਦੇ ਆ ਵੀ ਜਿਹੜਾ ਆਪਣਾ ਵਾਉ ਲਖਰ ਹੈ ਅਗਰ ਆਪਣੇ ਇਥੇ ਵਾ ਕੋਈ ਵੀ ਵਾਵ ਲਖਰ ਲੱਗਿਆ ਹੋਇਆ ਏ ਈ ਆਈ ਓ ਯੂ ਤਾਂ ਉਹਦੇ ਅੱਗੇ ਆਪਾਂ ਹਮੇਸ਼ਾ ਐਨ ਲਾਵਾਂਗੇ ਬਟ ਨਾਟ ਨੋ ਇਦਾਂ ਨਹੀਂ ਹੁੰਦਾ ਠੀਕ ਹੈ ਇਦਾਂ ਸਾਰੇ ਨਹੀਂ ਵਾਵਲ ਸਗਿੰਦਾ ਤੁਸੀਂ ਸਾਊਂਡ ਦੇਖਣੀ ਹੈ ਫਸਟ ਆਫ ਆਲ ਤੁਸੀਂ ਪ੍ਰੈਫਰੈਂਸ ਸਾਊਂਡ ਨੂੰ ਹੀ ਦੇਣੀ ਹੈ ਫਸਟ ਪ੍ਰੈਫਰੈਂਸ ਤੋਂ ਦੀ ਸਾਊਂਡ ਹੋਣੀ ਚਾਹੀਦੀ ਹੈ ਠੀਕ ਹੈ ਜੀ ਐਗਜ਼ਾਮਪਲ ਤੋਂ ਕਲੀਅਰ ਹੋਊਗਾ ਬੱਚੇ ਦੇਖੋ ਆਪਾਂ ਨਹੀਂ ਦਿੱਤਾ ਯੂਨੀਵਰਸਿਟੀ ਡੈਸ਼ ਯੂਨੀਵਰਸਿਟੀ ਮਨ ਲਓ ਇਥੇ ਡੈਸ਼ ਹੈ ਤੁਹਾਨੂੰ ਭਰੇ ਆ ਅੱਖਰ ਤੁਹਾਡਾ ਕੀ ਹੈ ਵੌ ਲ ਆ ਰਿਹਾ ਠੀਕ ਹੈ ਵੌ ਲ ਖਰ ਆ ਰਿਹਾ ਯੂ ਹੈ ਬੱਟੇ ਹੈ ਸਾਊਂਡ ਕਾ ਨਹੀਂ ਗੜ ਰਿਹਾ ਯੂਨੀਵਰਸਿਟੀ ਨੂੰ ਅਗਰ ਤੁਸੀਂ ਪੰਜਾਬੀ ਦੇ ਵਿੱਚ ਲਿਖੋਗੇ ਬੋਲ ਕੇ ਦਿਖੋ ਯੂਨੀਵਰਸਿਟੀ ਯਈਆ ਯੂ ਠੀਕ ਹੈ ਯੂਨੀਵਰਸਿਟੀ ਯਈ ਦੀ ਸਾਊਂਡ ਹੈ ਤਾਂ ਇੱਥੇ ਆਪਾਂ ਕਾਲੀ ਕੌਨਸੋਨੈਂਟ ਦੀ ਸਾਊਂਡ ਆ ਗਈ ਆ ਤਾਂ ਇੱਥੇ ਆਪਾਂ ਕੀ ਲਾਵਾਂਗੇ ਏ ਇੱਥੇ ਆਪਾਂ ਐਨ ਨਹੀਂ ਲਾਵਾਂਗੇ ਇੱਥੇ ਮਿਸਟੇਕ ਕਰਦੇ ਆ ਬੱਚੇ ਆਪਾਂ ਨੇ ਕਿ ਦਿਮਾਗ ਦੇ ਵਿੱਚ ਬਚਪਨ ਤੋਂ ਰੂਲ ਬਿਠਾਇਆ ਹੋਇਆ ਹੈ ਕਿ ਜਿਹੜੇ ਤੁਹਾਡੇ A E I ਤੋਂ ਸ਼ੁਰੂ ਸ਼ੁਰੂ ਹੋਣ ਵਾਲੇ ਵਰਡ ਹੈ ਉਹਨਾਂ ਕਿਸ ਵਿੱਚ ਆਪਾਂ ਐ ਲਾਵਾਂਗੇ ਬਟ ਦਿਸ ਰੂਲ ਇਸ ਨਾਟ ਫਾਲੋ ਫॉर ऑल ਸਾਰੇ ਵਾਸਤੇ ਨਹੀਂ ਹੁੰਦਾ ਤਾਂ ਜਿਹੜੇ ਵਰਡ ਹੁੰਦੇ ਦਾ ਮਤਲਬ ਤੁਹਾਡੇ ਵਾਉਲ ਤੋਂ ਸਟਾਰਟ ਨਹੀਂ A E ਤੋਂ ਜਾਂ U ਤੋਂ ਬਟ ਜਿਹੜੀ ਉਹਨਾਂ ਦੀ ਸਾਊਂਡ ਹੈ ਸਾਊਂਡ ਉਹਨਰੀ U ਤੋਂ ਨਿਕਲ ਰਹੀ ਹੈ ਜਾਂ E ਤੋਂ ਆ ਰਹੀ ਹੈ ਤਾਂ ਉੱਥੇ ਆਪਾਂ A ਯੂਜ਼ ਕਰਾਂਗੇ ਠੀਕ ਹੈ ਜੀ A union ਦੇਖੋ ਯਹਰ ਦੀ ਸਾਊਂਡ ਗੱਡ ਰਹੀ ਹੈ ਇਹ ਦੀ U ਦੀ ਏ ਯੂਨੀਫਾਰਮ ਏ ਯੂਰੋਪੀਅਨ ਠੀਕ ਹੈ ਤੇ ਈ ਹੈ ਈ ਵੀ ਆਪਣਾ ਕੀ ਕਬਾਉ ਲੈ ਬਟ ਉਥੇ ਸਾਉਂਡ ਯੂਰੋਪੀਅਨ ਇਹਨਾਂ ਨੂੰ ਬੋਲੇਗੇ ਪਨੰਸੀਏਸ਼ਨ ਕਰਾਂਗੇ ਯੂਰੋਪੀਅਨ ਯੂਰੋਪੀਅਨ ਠੀਕ ਹੈ ਤਾਂ ਇਥੇ ਵੀ ਆਪਾਂ ਕੀ ਪੁੱਟ ਕਰਾਂਗੇ ਏ ਠੀਕ ਹੈ ਬੱਚੇ ਨੈਕਸਟ ਹੈਗੇ ਜੀ ਆਪਣਾ ਰੂਲ ਰੂਲ ਨੰਬਰ 3 ਐਨੀ ਸਿੰਗੂਲਰ ਨਾਉਨ ਯੂ ਸਟਾਰਟ ਵੋਲ ਤੋਂ ਹੋਵੇ ਪਰ ਸਾਉਂਡ ਕੌਨਸੋਨੈਂਟ ਦੀ ਸੇਮ ਉਹੀ ਜਿਹੜਾ ਪਿੱਛੇ ਸੀਗਾ ਉਹ ਚ ਆਪਾਂ ਠੀਕ ਹੈ ਮਤਲਬ ਸਟਾਰਟ ਵਰਡ ਆਪਣਾ ਹੋ ਰਿਹਾ ਸੀ ਈ ਤੋਂ ਜਾਂ ਯੂ ਤੋਂ ਬੇਸ਼ੱਕ ਈ ਤੋਂ ਸਟਾਰਟ ਹੋਵੇ ਬੇਸ਼ੱਕ ਯੂ ਤੋਂ ਹੋਵੇ ਬਟ ਸਾਊਂਡ ਹੋ ਯੂ ਦੀ ਕੱਢੇ ਤਾਂ ਆਪਾਂ ਏ ਲਾਵਾਂਗੇ ਠੀਕ ਹੈ ਏ ਲਾਵਾਂਗੇ ਇਹ ਨੈਕਸਟ ਦੇ ਵਿੱਚ ਆ ਗਿਆ ਆਪਣਾ ਸਟਾਰਟ ਵਾਊਲ ਤੋਂ ਹੋਵੇ ਕਿਸੇ ਵਾਊਲ ਕਰ ਦੇਵੇਂ ਆਪਾਂ ਉਹ ਟਸਟੂਡ ਹੋ ਰਿਹਾ ਠੀਕ ਹੈ ਬਟ ਸਾਊਂਡ ਕੌਨਸੋਨੈਂਟ ਦੀ ਹੁਣ ਦੇਖੋ 1 ਵਾ ਵ ਨੰਨ ਵਾਣ ਆਪਾਂ ਇੱਦਾਂ ਲਿਖਦੇ ਹਾਂ ਠੀਕ ਹੈ ਆ ਆਪਣਾ ਕੀ ਹੈ ਕੌਨਸੋਨੈਂਟ ਹੈ ਆ ਆਪਣਾ ਕੌਨਸੋਨੈਂਟ ਸਾਊਂਡ ਕਾਦੀ ਨਿਕਲ ਰਹੀ ਹੈ 1 ਵਾ 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 ਵੇ ਤੋਂ ਸਟਾਰਟ ਹੋ ਰਿਹਾ ਹੈ ਤਾਂ ਇੱਥੇ ਵੀ ਆਪਾਂ ਕੀ ਪੁਟ ਕਰ ਦਾਂਗੇ ਏ ਠੀਕ ਹੈ ਜੀ ਕੀ ਪੁਟ ਕਰ ਦਾਂ ਏ ਅੱਖਰ ਭਾਵੇਂ ਆਪਣਾ ਜਿਹੜਾ ਸਟਾਰਟਿੰਗ ਵਾਲਾ ਹੈ ਉਹ ਵਾਉਅ ਲਖਰ ਤੋਂ ਸਟਾਰਟ ਹੋ ਰਿਹਾ ਬਟ ਅਗਰ ਉਹਦੀ ਸਾਊਂਡ ਹੈ ਜਿਹੜੀ ਅਗਰ ਉਹਦੀ ਸਾਊਂਡ ਕੌਨਸੋਨੈਂਟ ਆ ਰਹੀ ਹੈ ਦੈਨ ਆਪਾਂ ਉੱਥੇ ਕੀ ਯੂਜ਼ ਕਰਾਂਗੇ ਏ ਯੂਜ਼ ਕਰਾਂਗੇ ਠੀਕ ਹੈ ਜੀ ਇਹ ਸੀ ਆਪਣੇ ਏ ਵਾਲੇ ਰੂਲ ਤਿੰਨ ਜੂ ਤਿੰਨ ਚਾਰ ਕਿ ਰੂਲ ਹੈ ਬੜੀ ਈਜ਼ੀ ਹੈ ਬੱਚੇ ਬਹੁਤ ਹੀ ਇਹਨਾਂ ਕੋਈ ਹਾਰਡ ਐਂਡ ਫਾਸਟ ਨਹੀਂ ਹੈਗੇ ਇਕ ਵਾਰ دماغ 'ਚ ਬਿਠਾ ਲਓਗੇ ਤਾਂ ਕਦੇ ਵੀ ਨਹੀਂ ਭੁੱਲੋਗੇ ਠੀਕ ਹੈ ਜੀ ਹੋ ਗਈ ਯਾਦ ਕੀ ਪੜਿਆ ਸੀ ਫਸਟ ਰੂਲ ਆਪਾਂ ਨੇ ਰਿਪੀਟ ਅਗਰ ਆਪਾਂ ਦੁਬਾਰਾ ਰਿਪੀਟ ਕਰ ਲਈਏ ਕਿ ਵਿਅੰਜਨ ਸਾਊਂਡ ਵਾਲੇ ਵਰਡਸ ਨਾਲ ਵਿਅੰਜਨ ਸਾਊਂਡ ਵਾਲੇ ਵਰਡ ਨਾਲ ਏ ਲੱਗਣੀ ਲੱਗਣਾ ਹੈ ਨੈਕਸਟ ਰੂਲ ਆਪਾਂ ਪੜਿਆ ਸੀਗਾ ਕਿ ਸਟਾਰਟ ਨਾਉਨ ਜੋ ਵਾਊਲਟ ਹੋਵੇ ਪਰ ਸਾਊਂਡ ਕੌਨਸੋਨੈਂਟ ਦੀ ਨੇਵੇ ਠੀਕ ਹੈ ਇਹ ਵਾਲਾ ਥਰਡ ਆ ਗਿਆ ਤਾਂ ਤਾਂ ਉੱਥੇ ਵੀ ਆਪਾਂ ਗੀ ਲਾ ਦਾਂਗੇ ਏ ਠੀਕ ਹੈ ਸੈਕੰਡ ਰੂਲ ਸੀ ਆਪਣਾ ਆਈ ਵਾਲਾ ਜੀ ਕਿ ਸਿੰਗੂਲਰ ਨਾਉਨ ਆਰ ਯੂਜ਼ ਕਰਦੇ ਆ ਜਿੱਥੇ ਏ ਵਰਡ ਸਟਾਰਟ ਸਟਾਰਟ ਤਾਂ ਈ ਜਾਂ ਯੂ ਤੋਂ ਹੁੰਦੀ ਆ ਪਰ ਸਾਊਂਡ ਯੂ ਦੀ ਘੱਟ ਦਾ ਸਾਊਂਡ ਯੂ ਦੀ ਆ ਰਹੀ ਆ ਤਾਂ ਉੱਥੇ ਵੀ ਆਪਾਂ ਕੀ ਲਾ ਦਾਂਗੇ ਏ ਠੀਕ ਹੈ ਜੀ ਤੁਸੀਂ ਸਾਊਂਡ ਨੂੰ ਫਰਸਟ ਪ੍ਰੈਫਰੈਂਸ ਦੇਣੀ ਆ ਸਾਊਂਡ ਦੇਖਣੀ ਆ ਕਿ ਕਾਦੀ ਨਿਕਲ ਰਹੀ ਹੈ ਠੀਕ ਹੈ ਉਦਾਂ ਹੀ ਨਹੀਂ ਉੱਥੇ ਐਨ ਭਰ ਕੇ ਆਣਾ ਹੁਣ ਐਨ ਦੇ ਵੀ ਆਪਾਂ ਰੂਲ ਦੇਖਨੇ ਵੀ ਐਨ ਕਿੱਥੇ ਲੱਗਦਾ ਠੀਕ ਹੈ ਜੀ ਐਨ ਕਿੱਥੇ ਯੂਜ਼ ਹੁੰਦਾ ਤਾਂ ਹੁਣ ਆਪਾਂ ਕਰਾਂਗੇ ਯੂਜ਼ ਆਫ ਐਨ ਠੀਕ ਹੈ ਬੱਚੇ ਦਾ ਵਰਡ ਐਨ ਯੂਜ਼ਡ ਬਿਫੋਰ ਦਾ ਵਰਡ ਸਟ ਹੁਣ ਆਪਾਂ ਐਨ ਲਾਵਾਂਗੇ ਉਹਨਾਂ ਵਰਡ ਦੇ ਜਿਹੜੇ ਸਵਰ ਦੀ ਆਵਾਜ਼ ਦੇਣ ਵਾਲੇ ਐ ਸਵਰ ਜਾਨੀ ਕਿ ਊੜਾ ਐੜਾ ਤੇ ਈੜੀ ਠੀਕ ਐ ਆਪਣੇ ਤਿੰਨ ਸਵਰ ਐ ਇਹਨਾਂ ਦੀ ਸਾਊਂਡ ਨਿਕਲਦੀ ਐ ਠੀਕ ਐ ਜਦੋਂ ਆਪਾਂ ਵਰਡ ਨੂੰ ਪ੍ਰੋਨਾਂਊਂਸ ਕਰਦੇ ਆਂ ਕਿ ਉਹਦੇ ਵਿੱਚੋਂ ਸਵਰ ਦੀ ਜਾਂ ਵਾਊਲ ਦੀ ਵਾਊਲ ਤੋਂ ਸਟਾਰਟ ਹੁੰਦੀ ਐ ਤੇ ਸਾਊਂਡ ਗਾਦੀ ਦਿੰਦੇ ਐ ਸਵਰਦੀ ਆਵਾਜ਼ ਦਿੰਦੇ ਐ ਫੋਰ ਐਗਜ਼ਾਮਪਲ ਐਨ ਅੰਬ੍ਰੇਲਾ ਠੀਕ ਐ ਜੀ ਅੰਬ੍ਰੇਲਾ ਦੇਖੋ ਅੰ ਦੇਖੋ ਇੱਥੇ ਇਹ ਵੀ ਵਰਡ ਤਾਂ ਯੂ ਤੋਂ ਸਟਾਰਟ ਹੋ ਰਿਹਾ ਆ ਆਪਾਂ ਪਿੱਛੇ ਏ ਦੇ ਵਿੱਚ ਰੂਲ ਪੜਿਆ ਸੀ ਕਿ ਵਰਡ ਈ ਤੋਂ ਜਾਂ ਯੂ ਤੋਂ ਸਟਾਰਟ ਹੋ ਰਿਹਾ ਬਟ ਉਹ ਸਾਊਂਡ ਵੀ ਯੂ ਹੀ ਦੇ ਰਿਹਾ ਸੀ ਸਾਊਂਡ ਵੀ ਯੂ ਹੀ ਦੇ ਰਿਹਾ ਸੀ ਬਟ ਇੱਥੇ ਵਰਡ ਸਟਾਰਟ ਤਾਂ ਯੂ ਤੋਂ ਹੋਇਆ ਪਰ ਆਪਾਂ ਨੂੰ ਕਿਵੇਂ ਲਿਖਾਂਗੇ ਅੰਬ੍ਰੇਲਾ ਠੀਕ ਹੈ ਅੰਬ੍ਰੇਲਾ ਅ ਸਾਊਂਡ ਕਾਦੀ ਆ ਰਹੀ ਹੈ ਅ ਦੀ ਤਾਂ ਅ ਆਪਣਾ ਕੀ ਹੈ ਇੱਕ ਸਵਰ ਹੈ ਸਾਊਂਡ ਕਾਦੀ ਆ ਰਹੀ ਹੈ ਸਵਰ ਦੀ ਆ ਰਹੀ ਹੈ ਤਾਂ ਇੱਥੇ ਆਪਾਂ ਕੀ ਯੂਜ਼ ਕਰਾਂਗੇ ਐਨ ਤੇ ਇੱਥੇ ਆਪਾਂ ਕੀ ਯੂਜ਼ ਕਰਾਂਗੇ ਐਨ ਇਹਨੂੰ ਪ੍ਰੋਨਾਂਊਂਸ ਕਰਕੇ ਲਿਖ ਲਓ ਰਾਈਟ ਕਰਕੇ ਦੇਖ ਲਓ ਕਿ ਸਾਊਂਡ ਸੀ ਕਾਦੀ ਦੇ ਰਹੇ ਆ ਫਰਸਟ ਵਰਡ ਦੀ ਜਿਹੜੀ ਸਾਊਂਡ ਹੈ ਸਾਡੀ ਉਹ ਕਾਦੀ ਆ ਰਹੀ ਹੈ ਅਗਰ ਤਾਂ ਉਹ ਕੰਸੋਨੈਂਟ ਦੀ ਆ ਰਹੀ ਹੈ ਦੈਨ ਆਪਾਂ ਇਹ ਪੁੱਟ ਕਰਨਾ ਅਗਰ ਉਹ ਸਵਰ ਊੜਾ ਐੜਾ ਈੜੀ ਇਹਨਾਂ ਤਿੰਨਾਂ ਚੋਂ ਕਿਸੇ ਵਰਡ ਦੀ ਸਾਊਂਡ ਆ ਰਹੀ ਹੈ ਦੈਨ ਆਪਾਂ ਕੀ ਪੁੱਟ ਕਰਨਾ ਰਹੇ ਐਨ ਸੌਰੀ ਐਨ ਠੀਕ ਹੈ ਅਗਰ ਊੜਾ ਐੜਾ ਈੜੀ ਸਵਰ ਦੇ ਵਿੱਚੋਂ ਕਿਸੇ ਦੀ ਸਾਊਂਡ ਆ ਰਹੀ ਹੈ ਦੈਨ ਆਪਾਂ ਕੀ ਪੁੱਟ ਕਰਨਾ ਜੀ ਐਨ ਓਕੇ फॉर इग्जाम्पल देर आर सो मैनी इग्जाम्पल्स एजुकेटेड पर्सन एजुकेटेड देखो ई ईडी साउंड आ रही है इत ईडी थी अपनी ठीक है ये अपना की है एक स्वर है जी आड़ा एड़ा ई डी ठीक है ऊड़ा ऑरेंज अन आड़ा ठीक है एन एजुकेटेड पर्सन एन आर्मी एन ईडियट मैन एन ऑरेंज एन अनोन गर्ल ठीक है बेशक का यू तो स्टार्ट हो रही है बट साउंड तो भी कहती आ रही है अपनी ਸਵਰਦੀ ਆ ਰਹੀ ਹੈ ਐ ਡੇ ਦੀ ਤਾਂ ਇੱਥੇ ਆਪਾਂ ਸਾਰਿਆਂ ਨੇ ਇੱਥੇ ਇੰਨਾ ਜਗ੍ਹਾ ਤੇ ਆਪਾਂ ਕੀ ਯੂਜ਼ ਕਰ ਲਿਆ ਐਨ ਤਾਂ ਇੱਥੇ ਆਪਾਂ ਸਾਰਿਆਂ ਨੇ ਕੀ ਯੂਜ਼ ਕਰ ਲਿਆ ਐਨ ਬਿਕੋਜ਼ ਇੰਨਾਂ ਦੀ ਜਿਹੜੀ ਸਾਊਂਡ ਸੀਗੀ ਉਹ ਸਵਰਦੀ ਆਪਣੀ ਸਾਊਂਡ ਆ ਰਹੀ ਸੀ ਸਵਰਦੀ ਊੜਾ ਐੜਾ ਈੜੀ ਤਿੰਨ ਸਵਰ ਨੇ ਸਵਰਦੀ ਸਾਊਂਡ ਕੱਢ ਰਹੇ ਸੀ ਅੱਖਰ ਵੀ ਵਾਉਲ ਸੀ ਤੇ ਸਾਊਂਡ ਵੀ ਸਵਰਦੀ ਆ ਰਹੀ ਸੀ ਤਾਂ ਉੱਥੇ ਆਪਾਂ ਐਨ ਲਾ ਦਾਂਗੇ ਕਿ ਅੱਖਰ ਵੀ ਆਪਣਾ ਵਾਉਲ ਹੈ ਵਰਡ ਵੀ ਵਾਉਲ ਹੈ ਤੇ ਸਾਊਂਡ ਵੀ ਸਵਰਦੀ ਆ ਰਹੀ ਹੈ ਠੀਕ ਹੈ ਅਗਰ ਅੱਖਰ ਆਪਣਾ ਵਾਉਲ ਹੁੰਦਾ ਬਟ ਜਿਹੜੀ ਸਾਊਂਡ ਹੈ ਉਹ ਕੌਨਸੋਨੈਂਟ ਵਰਡ ਦੀ ਆਂਦੀ ਫੇਰ ਆਪਾਂ ਏ ਲਾਂਦੇ ਠੀਕ ਹੈ ਜੀ ਨੈਕਸਟ ਰੂਲ ਆ ਗਿਆ ਜੀ ਆਪਣਾ ਐਨ ਯੂਜ਼ਡ ਬਿਫੋਰ ਵਰਡਸ ਸਟਾਰਟ ਵਿਦ ਸਾਈਲੈਂਟ ਐਚ ਉਹ ਵਰਡ ਜਿਹੜੇ ਸਾਈਲੈਂਟ ਐਚ ਤੋਂ ਸਟਾਰਟ ਮਤਲਬ ਜਿਨ੍ਹਾਂ ਦੇ ਅੱਗੇ ਐਚ ਹੈ ਜਿਹੜੀ ਉਹ ਸਾਈਲੈਂਟ ਰਹਿੰਦੀ ਹੈ ਚੁੱਪ ਰਹਿੰਦੀ ਹੈ ਵਿਚਾਰੀ ਐਚ ਚੁੱਪ ਚਾਪ ਬੈਠੀ ਰਹਿੰਦੀ ਹੈ ਤਾਂ ਉੱਥੇ ਵੀ ਆਪਾਂ ਕੀ ਯੂਜ਼ ਕਰਦੇ ਆਂ ਐਨ ਠੀਕ ਹੈ ਜੀ ਐਨ ਐਨ ਆਪਣੀ ਐਚ ਜਿਹੜੀ ਸਿਆਣੀ ਹੈ ਐਚ ਆਪਣੀ ਸਿਆਣੀਆਂ ਬਿਲਕੁਲ ਚੁੱਪਚਾਪ ਬੈਠੀ ਰਹਿੰਦੀ ਐ ਰੋਲਾ ਨਹੀਂ ਪਾਉਂਦੀ ਹੈਗੀ ਹਨਾ ਜੀ ਫੋਰ ਇਗਜ਼ਾਮਪਲ ਐਨ ਆਵਰ ਆਪਾਂ ਹੁਣ ਇੱਥੇ ਐਚ ਆਓ ਹੌਰ ਨਹੀਂ ਬੋਲਦੇ ਇਹਨੂੰ ਆਪਾਂ ਪਨੰਸੀਏਸ਼ਨ ਚ ਕੀ ਬੋਲਾਂਗੇ ਆਵਰ ਆਵਰ ਦਾ ਇੱਥੇ ਸਾਊਂਡ ਆਪਣੀ ਕਾਦੀ ਆ ਰਹੀ ਹੈ ਜੀ ਆਏ ਆੜੇ ਦੀ ਆੜੇ ਜਾਨੀ ਕਿ ਸਵਰ ਦੀ ਸਾਊਂਡ ਆ ਰਹੀ ਹੈ ਆਨਰ ਆਨਰ ਠੀਕ ਹੈ ਐਨ ਆਨਰ ਹੌਨੈਸਟ ਮੈਨ ਹੀ ਕਹਿੰਦੇ ਆਨੈਸਟ ਮੈਨ ਕਹਿੰਦੇ ਆਪਾਂ ਆਨੈਸਟ ਸਾਊਂਡ ਵੀ ਸਵਰ ਦੀ ਹੈ hv ਸਾਇਲੈਂਟ ਹੈ h ਸਾਇਲੈਂਟ ਹੈ ਤੇ ਸਾਊਂਡ ਆਪਣੀ ਸਵਰ ਦੀ ਨਿਕਲ ਰਹੀ ਹੈ ਤਾਂ ਆਬਵੀਅਸਲੀ ਆਪਾਂ ਕੀ ਲਾ ਦਾਂਗੇ ਉੱਥੇ ਚੁੱਪਚਾਪ ਕਰਕੇ ਐਨ ਲਗਾ ਦਾਂਗੇ ਜੀ ਠੀਕ ਹੈ ਸਾਇਲੈਂਟ ਅਚ ਤਾਂ ਉੱਥੇ ਆਪਾਂ ਕੀ ਲਗਾ ਦਾਂਗੇ ਐਨ ਠੀਕ ਹੈ ਜੀ ਨੈਕਸਟ ਆਪਣਾ ਐਨ ਯੂਜ਼ ਹੁੰਦਾ ਹੈ ਐਨ ਯੂਜ਼ਡ ਵਿਦ ਸ਼ਾਰਟ ਫਾਰਮਸ ਕਿਸੇ ਵੀ ਤਰ੍ਹਾਂ ਨੀ ਸ਼ਾਰਟ ਫਾਰਮਸ ਵਾਲੇ ਵਰਡ ਦਿੱਤੇ ਹੈ ਤਾਂ ਉਹਨਾਂ ਨਾਲ ਹਮੇਸ਼ਾ ਆਪਾਂ ਕੀ ਲਾਵਾਂਗੇ ਐਨ ਐਨ ਐਮ ਐਲ اے ਐਨ ਐਮ ਐ ਕੋਈ ਵੀ ਤੁਸੀਂ ਡਿਗਰੀ ਕਰਨੀ ਹੈ ਐਮ ਏ ਸੌਰੀ ਐਨਬੀਏ ਠੀਕ ਹੈ ਜਿਹੜੇ ਐਬ੍ਰੀਵੀਏਸ਼ਨ ਵਾਲੇ ਵਰਡਸ ਆਉਂਦੇ ਆ ਉਹਨਾਂ ਅੱਗੇ ਹਮੇਸ਼ਾ ਆਪਾਂ ਐਨ ਲਾਨੇ ਜਿਵੇਂ ਦੇਖੋ ਐਗਜ਼ਾਮਪਲ ਦਿੱਤੀ ਹੋਈਆਂ ਤੁਹਾਨੂੰ ਐਨ ਐਮਐਲਏ ਐਨਐਮਪੀ ਐਨਯੂਪੀ ਐਨਐਮਈ ਠੀਕ ਹੈ ਇਹ ਸਾਰੇ ਜਿਹੜੀ ਤੁਹਾਨੂੰ ਐਬ੍ਰੀਵੀਏਸ਼ਨ ਵਾਲੇ ਵਰਡ ਦਿੱਤੇ ਆ ਸ਼ਾਰਟ ਫਾਰਮ ਦਿੱਤੀਆਂ ਨੇ ਇਹਨਾਂ ਅੱਗੇ ਆਪਾਂ ਕੀ ਯੂਜ਼ ਕਰਦੇ ਆ ਜੀ ਐਨ ਸ਼ਾਰਟ ਫਾਰਮ ਦੇ ਅੱਗੇ ਆਪਾਂ ਕੀ ਯੂਜ਼ ਕਰਦੇ ਐਂਡ ਬਟ ਇੱਕ ਗੱਲ ਇੱਕ ਨੋਟ ਯਾਦ ਰੱਖਿਓ ਅਗਰ ਇਹਨਾਂ ਤੁਹਾਨੂੰ ਜਿਹੜੀਆਂ ਇਹ ਤੁਹਾਡੇ ਵਰਡ ਨੇ ਐਮਐਲਏ ਅਗਰ ਤੁਹਾਨੂੰ ਇਹਨਾਂ ਦੀ ਫੁੱਲ ਫਾਰਮ ਦਿੱਤੀ ਹੋਈ ਹੈ ਅਗਰ ਤੁਹਾਨੂੰ ਇਹਨਾਂ ਦੀ ਫੁੱਲ ਫਾਰਮ ਦਿੱਤੀ ਹੈ ਐਮ ਪੀ ਯੂ ਪੀ ਐਮ ਏ ਮਾਸਟਰ ਆਫ ਆਰਟਸ ਠੀਕ ਹੈ ਇਦਾਂ ਲਿਖਿਆ ਹੈ ਮਾਸਟਰ ਆਫ ਆਰਟਸ ਫਿਰ ਤੁਸੀਂ ਨਹੀਂ ਇੱਥੇ ਐਨ ਲਾ ਸਕਦੇ ਫਿਰ ਤੁਹਾਨੂੰ ਅਕੋਰਡਿੰਗ ਟੂ ਰੂਲ ਜਿਹੜਾ ਤੁਹਾਡਾ ਫਰਸਟ ਵਰਡ ਹੈ ਜਿਹੜਾ ਤੁਸੀਂ ਪਿੱਛੇ ਰੂਲ ਪੜ੍ਹੇ ਨੇ ਉਹ ਦੇਖਣੇ ਪੈਣਗੇ ਠੀਕ ਹੈ ਫਿਰ ਨਹੀਂ ਅਗਰ ਇਹ ਅਗਰ ਇਹ ਰੂਲ ਸਿਰਫ ਸ਼ਾਰਟ ਫਾਰਮਸ ਤੇ ਐਪਲੀਕੇਬਲ ਹੁੰਦਾ ਥਿਸ ਰੂਲ ਇਜ਼ ਨਾਟ ਐਪਲੀਕੇਬਲ ਫੋਰ ਫੁੱਲ ਫਾਰਮਸ ਅਗਰ ਉਹਦੀ ਫੁੱਲ ਫਾਰਮ ਦਿੱਤੀ ਹੈ ਤਾਂ ਤੁਸੀਂ ਆਪਣੇ ਪਿਛਲੇ ਰੂਲ ਤੁਸੀਂ ਫਸਟ ਫਸਟ ਲੈਟਰ ਦੇਖਣਾ ਬਲੈਂਕ ਤੋਂ ਪਹਿਲਾਂ ਵਾਲਾ ਉਹਦੀ ਸਾਊਂਡ ਕਾਦੀ ਆ ਰਹੀ ਹੈ ਦੰਨ ਤੁਸੀਂ ਉਹਦੇ ਅਕੋਰਡਿੰਗ ਏ ਜਾਂ ਐਨ ਫਿਲ ਕਰਨਾ ਹੈ ਠੀਕ ਹੈ ਜੀ ਅਗਰ ਤੁਹਾਨੂੰ ਸ਼ਾਰਟ ਫਾਰਮ ਦਿੱਤੀ ਹੈ ਤਾਂ ਤੁਸੀਂ ਚੁੱਪਚਾਪ ਕਰਕੇ ਉੱਥੇ ਐਨ ਨੂੰ ਬਿਠਾ ਦਿਓ ਠੀਕ ਹੈ ਚੁੱਪਚਾਪ ਓਕੇ ਜੀ ਹਾਂਜੀ ਤਾਂ ਹੁਣ ਆਪਾਂ ਮੂਵ ਕਰਦੇ ਹਾਂ ਆਪਣੀ ਨੈਕਸਟ ਆਰਟੀਕਲ ਦੇ ਡੈਫੀਨਿਟ ਆਰਟੀਕਲ ਜਾਨੀ ਕਿ ਨਿਸ਼ਚਿਤ ਜਿਨ੍ਹਾਂ ਨੂੰ ਆਪਾਂ ਬਦਲ ਨਹੀਂ ਸਕਦੇ ਨਿਸ਼ਚਿਤ ਨਹੀਂ ਠੀਕ ਹੈ ਨਿਸ਼ਚਿਤ ਨਹੀਂ ਤਾਂ ਤੇੋਂ ਆਪਣਾ ਉਹਦੇ ਵਿੱਚ ਕਿਹੜਾ ਆਪਣਾ ਇੱਕੋ ਹੀ ਆਰਟੀਕਲ ਹੈ ਦ ਠੀਕ ਹੈ ਜੀ ਦ ਏ ਔਰ ਐਨ ਵਾਰੇ ਪਤਾ ਲੱਗ ਗਿਆ ਬੱਚੇ ਏ ਔਰ ਐਨ ਦੀ ਡਿਫਰੈਂਸ ਵਾਰੇ ਪਤਾ ਚੱਲ ਗਿਆ ਠੀਕ ਹੈ ਅਗਰ ਨਹੀਂ ਪਤਾ ਚੱਲਿਆ ਵੀਡੀਓ ਨੂੰ ਦੋ ਵਾਰ ਦੇਖ ਲਿਓ ਵੈਸੇ ਮੈਨੂੰ ਲੱਗਾ ਜ਼ਰੂਰਤ ਨਹੀਂ ਹੈਗੀ ਰਿਵੀਜ਼ਨ ਇਸ ਤਰੀਕੇ ਨਾਲ ਕਰਵਾਈ ਹੈ ਕਿ ਤੁਹਾਨੂੰ ਦੁਬਾਰਾ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਡਾਊਟ ਸਾਰੇ ਤੁਹਾਡੇ इजीली ਕਲੀਅਰ ਹੋ ਗਏ ਹੋਣਗੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਨਾਲ-ਨਾਲ ਫਟਾਫਟ ਲਾਈਕ ਕਰ ਦਿਓ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਲਾਈਕ ਦਾ ਬਟਨ ਠੋਕ ਦਿਓ ਜੀ ਠੀਕ ਹੈ ਲਾਈਕ ਕਰੋ ਅਗਰ ਤੁਹਾਨੂੰ ਵੀਡੀਓ ਔਰ ਵੀ ਜ਼ਿਆਦਾ ਅੱਛੀ ਲੱਗ ਰਹੀ ਹੈ ਤਾਂ ਨਾਲ-ਨਾਲ ਕਮੈਂਟ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਮੈਂ ਵੀ ਆਰ ਇੰਜੋਇੰਗ ਦਾ ਸੈਸ਼ਨ ਠੀਕ ਹੈ ਲਿਖ ਦਿਆ ਕਰੋ ਜੀ ਲਿਖ ਦਿਆ ਕਰੋ ਬੱਚੇ ਅੱਛਾ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਅਸੀਂ ਪੜ੍ਹਦੇ ਹਾਂ ਦੇਖੋ ਹੁਣ ਅਸੀਂ ਵੀਡੀਓ ਬਣਾਉਣੇ ਨਹੀਂ એનર્ਜੀ ਦੇ ਨਾਲ ਤਾਂ ਸਾਨੂੰ ਉਨੀ એનર્ਜੀ ਦੇ ਨਾਲ ਵੇਟ ਹੁੰਦੀ ਹੈ ਕਿ ਸਾਡੇ ਸਟੂਡੈਂਟਸ ਸਾਨੂੰ ਕਮੈਂਟ ਕਰਨਗੇ ਫੀਡਬੈਕ ਦੇਣਗੇ ਠੀਕ ਹੈ ਇੱਕ ਟੀਚਰ ਨੂੰ ਕੀ ਚਾਹੀਦਾ ਹੁੰਦਾ ਹਮੇਸ਼ਾ ਫੀਡਬੈਕ ਤੇ ਠੀਕ ਹੈ ਉਹਨਾਂ ਦੇ ਸਟੂਡੈਂਟਸ ਨੂੰ ਉਹਨਾਂ ਦੀ ਜਿਹੜੀ ਪੜਾਈ ਹੋਈ ਕਲਾਸ ਕਿੱਦਾਂ ਲੱਗੀ ਹਮੇਸ਼ਾ ਤੁਹਾਨੂੰ ਵੀ ਅਸੀਂ ਵੀ ਐਗਜ਼ੈਸਰੇਟ ਰਹਿਣੇ ਆ ਕਿ ਬੱਚੇ ਦੱਸਣ ਕਿ ਸਾਨੂੰ ਕਿੱਦਾਂ ਲੱਗਿਆ ਲੈਕਚਰ ਬਿਕਾਉਜ਼ ਅਸੀਂ ਐਫਰਟਸ ਕਰ ਰਹੇ ਆ ਬੱਚੇ ਥੋੜਾ ਡਿਲੇ ਹੋ ਜਾਂਦਾ ਬਿਕਾਉਜ਼ ਤੁਹਾਨੂੰ ਪਤਾ ਥੋੜਾ ਜਿਹਾ ਟੀਚਿੰਗ ਲਾਈਫ ਜਾ ਕੇ ਸ਼ਡਿਊਲ ਹੈ ਜਿਹੜਾ ਉਹ ਟਾਈਟ ਹੋ ਜਾਂਦਾ ਠੀਕ ਹੈ ਸ਼ਡਿਊਲ ਥੋੜਾ ਜਿਹਾ ਬਿਜ਼ੀ ਹੋ ਜਾਂਦਾ ਥੈਟਸ ਵਾਈ ਅਸੀਂ ਫਿਰ ਵੀ ਟਾਈਮ ਟੂ ਟਾਈਮ ਕਰਕੇ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਆ ਬੱਚੇ ਬਿਲਕੁਲ ਅਸੀਂ ਸਿਰਫ ਮਤਲਬ ਇਹੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਵਿਚਾਰੇ ਸਾਨੂੰ ਉਹਨਾਂ ਦੀ ਬੜੀ ਫਿਕਰ ਰਹਿੰਦੀ ਹੈ ਕਿ ਉਹ ਫ੍ਰੀ ਚ ਕਲਾਸਿਸ ਜਿਹੜੀਆਂ ਅਟੈਂਡ ਕਰ ਸਕਣ ਅਸੀਂ ਉਹਨਾਂ ਦੇਖੋ ਪੀਡੀਐਫ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਬਿਲਕੁਲ ਫ੍ਰੀ ਆਫ ਕਾਸਟ ਜਿਹੜੇ ਬੱਚੇ ਨੀਡੀ ਨੇ ਜਸਟ ਓਨਲੀ ਫੋਰ ਦਾ ਨੀਡੀ ਨੀਡੀ ਨੇ ਜਿਹੜੇ ਬੱਚੇ ਪੜਨਾ ਚਾਹੁੰਦੇ ਆ ਸਟੱਡੀ ਕਰਨਾ ਚਾਹੁੰਦੇ ਆ ਬਟ ਉਹਨਾਂ ਕੋਲ ਓਪਰਚ्युनिटीਜ਼ ਨਹੀਂ ਹੈਗੀਆਂ ਉਹਨਾਂ ਕੋਲ ਕੰਟੈਂਟ ਨਹੀਂ ਹੈਗਾ ਕਿ ਉਹ ਕਿਥੋਂ ਰੀਡ ਆਊਟ ਕਰਨ ਕਿਥੋਂ ਬਣਦਾ ਸੀ ਜਿੰਨਾ ਕੋਸਦਾ ਸੀ ਇਹ ਨਹੀਂ ਕਹਿੰਦੇ ਕਿ ਸਾਡੇ ਸਿਲੇਬਸ ਦੇ ਵਿੱਚ ਸਾਰਾ ਕੁਝ ਆ ਜਾਣਾ ਹੈ ਇਦਾਂ ਨਹੀਂ ਹੈ ਕਿ ਅਸੀਂ ਜਿਹੜਾ ਕਰਾਇਆ ਉਹੀ ਪੱਥਰ ਤੇ ਲਕੀਰ ਹੈ ਨਹੀਂ ਬੱਚੇ ਅਸੀਂ ਕੋਸ਼ਿਸ਼ ਕਰਦੇ ਆ ਅਕੋਰਡਿੰਗ ਟੂ ਸਿਲੇਬਸ ਤੁਹਾਨੂੰ ਕਰਾਉਣ ਦੀ ਠੀਕ ਹੈ ਅਕੋਰਡਿੰਗ ਟੂ ਸਿਲੇਬਸ ਤੁਹਾਨੂੰ ਜਿਹੜੇ ਵੀ ਟਾਪਿਕ ਉਹਨਾਂ ਨੂੰ ਕਵਰ ਕਰਾਉਣ ਦੀ ਜਿੰਨੀ ਸਾਡੀ ਕੋਸ਼ਿਸ਼ ਹੈ ਅਸੀਂ ਆਪਣੇ ਵੱਲੋਂ ਜੀ ਜਾਣ ਲਾ ਕੇ ਕਰ ਰਹੇ ਹਾਂ ਜਿੰਨਾ ਸਾਡੇ ਕੋਲ ਟਾਈਮ ਹੈ ਉਹਨਾਂ ਹੀ ਵੈਲੀਅਬਲ ਟਾਈਮ ਅਸੀਂ ਤੁਹਾਡੇ ਲਈ ਕੰਜ਼ਿਊਮ ਕਰਕੇ ਤੁਹਾਡੇ ਲਈ ਵੀਡੀਓਜ਼ ਬਣਾਉਣੇ ਆ ਠੀਕ ਹੈ ਜੀ ਤਾਂ ਸਾਡੀ ਸਜੈਸ ਮਿਹਨਤ ਤੁਹਾਡੀ ਹੈ ਫਲ ਰੱਬ ਨੇ ਦੇਣਾ ਹੈ ਠੀਕ ਹੈ ਜੀ ਤਾਂ ਮੂਵ ਕਰਦੇ ਨਹੀਂ ਬਹੁਤ ਹੋ ਗਈ ਗੱਲਾਂ ਐਵੇਂ ਤਾਂ ਮੁਕਰੀ ਨਹੀਂ ਹੈਗੇ ਚਲ ਆਪਾਂ ਆਪਣੀ ਸਟੱਡੀ ਵੀ ਕਰਦੇ ਆ ਤਾਂ ਕਹਿਣਾ ਕੀ ਚਾਹੁੰਦੇ ਸੀ ਕਿ ਵਿੱਚ ਦੀ ਕਮੈਂਟ ਕਰਦਿਆ ਕਰੋ ਜਾ ਕੇ ਇੱਕ ਕਮੈਂਟ ਕਰਨ ਤੇ ਤੁਹਾਡਾ ਟਾਈਮ ਨਹੀਂ ਲੱਗਦਾ ਬਟ ਸਾਨੂੰ ਬਹੁਤ ਜ਼ਿਆਦਾ ਹੈਪੀਨੈਸ ਆਉਂਦੀ ਹੈ ਤਾਂ ਦਿਸ ਇਜ਼ आवर ਰਿਕਵੈਸਟ ਬੱਚੇ ਇੱਕ ਵਾਰ ਕਮੈਂਟ ਕਰਕੇ ਦੱਸਿਓ ਸੈਸ਼ਨ ਕਿਦਾਂ ਦਾ ਲੱਗਿਆ ਸਾਨੂੰ ਖੁਸ਼ੀ ਮਿਲਦੀ ਹੈ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਅੱਗੇ ਹੋਰ ਵੀਡੀਓ ਬਣਾਉਂਦੀ ਨਹੀਂ ਫਿਰ ਕਈ ਵਾਰ ਸਾਨੂੰ ਹੁੰਦਾ ਕਿ ਆਪਾਂ ਕੋਸ਼ਿਸ਼ ਕਰ ਰਹੇ ਆਂ ਬੱਚੇ ਰਿਸਪੌਂਸ ਨਹੀਂ ਦੇ ਰਹੇ ਥੋੜਾ ਜਿਹਾ ਮੂਡ ਆਫ ਹੋ ਜਾਂਦਾ ਪਿੱਛੇ ਨਹੀਂ ਹਟਦੇ ਕਿ ਨਹੀਂ ਇਹ ਬੰਦ ਨਹੀਂ ਕਰਨਾ ਹੈਗਾ ਬਟ ਕੋਸ਼ਿਸ਼ ਜਾਰੀ ਰੱਖਣੀ ਹੈ ਥੋੜਾ ਜਿਹਾ ਮੂਡ ਆਫ ਹੋਇਨਾ ਬਟ ਤੁਹਾਡਾ ਕੋਈ ਵੀ ਇੱਕ ਅਪਰੀਸ਼ੀਅਟਿਵ ਜਿਹਾ ਕਮੈਂਟ ਆਂਦਾ ਤਾਂ ਸਾਡਾ ਮੂਡ ਹੈਪੀ ਹੋ ਜਾਂਦਾ ਕਿ ਚਲੋ ਅਸੀਂ ਮਿਹਨਤ ਕਰ ਰਹੇ ਆਂ ਨਾ ਤਾਂ ਸਾਨੂੰ ਉਹਦਾ ਫਲ ਮਿਲ ਰਿਹਾ ਬੱਚੇ ਰਿਸਪੌਂਸ ਦੇ ਰਹੇ ਨੇ ਤਾਂ ਤੁਹਾਡਾ ਇੱਕ ਕਮੈਂਟ ਇੱਕ ਕਮੈਂਟ ਸਾਡੇ ਲਈ ਵੈਲੇਬਲ ਹੈ ਠੀਕ ਹੈ ਬੱਚੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਠੀਕ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਵੀ ਕਰਦੇ ਕਰੋ ਹਾਂ ਜੀ ਨੈਕਸਟ ਹੈ ਜੀ ਯੂਜ਼ ਆਫ ਦਾ ਠੀਕ ਹੈ ਜੀ ਨੈਕਸਟ ਆਪਾਂ ਪੜ੍ਹਦੇ ਹਾਂ ਯੂਜ਼ ਆਫ ਦਾ ਦਾ ਕਿੱਥੇ ਕਿੱਥੇ ਯੂਜ਼ ਹੁੰਦਾ ਬੱਚੇ ਇਹ ਆਪਣਾ ਲਾਸਟ ਪੁਆਇੰਟ ਰਹਿ ਗਿਆ ਆਪਾਂ ਦਾ ਵਾਰੀ ਪੜ੍ਹਾਂਗੇ ਕਿ ਦਾ ਨੂੰ ਆਪਾਂ ਕਿੱਥੇ ਕਿੱਥੇ ਯੂਜ਼ ਕਰਦੇ ਆ ਆਰਟੀਕਲ ਦਾ ਯੂਜ਼ਡ ਵਿਦ ਕਿੱਥੇ ਕਿੱਥੇ ਹੁੰਦਾ ਰਿਵਰਸ ਇੱਥੇ ਆਪਾਂ ਨੂੰ ਇਸੇ ਰਿਵਰਸ ਦੇ ਨਾਮ ਦਿੱਤੇ ਹੈ ਫਿਕਸ ਨੇ ਨਿਸ਼ਚਿਤ ਨਹੀਂ ਗੀਆਂ ਦ ਗੰਗਾ ਦਾ ਜਮੁਨਾ ਠੀਕ ਹੈ ਇਦਾਂ ਨਾਲ ਤੁਹਾਨੂੰ ਨਾਮ ਆਗੇ ਰਿਵਰਸ ਦਾ ਕਿਸੇ ਵੀ ਰਿਵਰ ਦਾ ਨਾਮ ਹੈ ਤਾਂ ਉਹਦੇ ਉਨੇ ਅਗੇ ਆਪਾਂ ਕੀ ਲਾਉਣਾ ਹੈ ਦਾ ਠੀਕ ਹੈ ਦਾ ਨੈਕਸਟ ਜੀ ਹੋਲੀ ਬੁక్స్ ਕੋਈ ਵੀ ਧਾਰਮਿਕ ਕਿਤਾਬਾਂ ਨੇ ਹੋਲੀ ਬੁక్స్ ਨੇ ਜਿਵੇਂ ਦਾ ਰਮਾਇਣਾ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਤਾਂ ਇੰਨਾ ਅਗੇ ਆਪਾਂ ਕਿਹੜਾ ਆਰਟੀਕਲ ਯੂਜ਼ ਕਰਦੇ ਹਾਂ ਜੀ ਦਾ ਹੋਲੀ ਬੁక్స్ ਕਿਸੇ ਵੀ ਹੋਲੀ ਬੁੱਕ ਦਾ ਨਾਮ ਆ ਜਾਂਦਾ ਕਿਸੇ ਵੀ ਰਿਵਰ ਦਾ ਨਾਮ ਆ ਜਾਂਦਾ ਉਹਨਾਂ ਅਗੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਦਾ ਆਰਟੀਕਲ ਨੈਕਸਟ ਹੈ ਇਹ ਨਿਊਜ਼ਪੇਪਰ ਕਿਸੇ ਵੀ ਨਿਊਜ਼ਪੇਪਰ ਦਾ ਨੇਮ ਹੈ ਦਾ ਹਿੰਦੂਸਤਾਨ ਟਾਈਮਸ ਦਾ ਇੰਡੀਅਨ ਐਕਸਪ੍ਰੈਸ ਠੀਕ ਹੈ ਨੇਮ ਆਫ ਨਿਊਜ਼ਪੇਪਰ ਨੇਮ ਆਫ ਅ ਨਿਊਜ਼ਪੇਪਰ ਨਿਊਜ਼ਪੇਪਰ ਦਾ ਨਾਮ ਦਿੱਤਾ ਹੋਇਆ ਤੁਸੀਂ ਇਹ ਤੁਹਾਨੂੰ ਬਲੈਂਕ ਦੇਗੀ ਇੱਥੇ ਕਿਸੇ ਨਿਊਜ਼ਪੇਪਰ ਦਾ ਨਾਮ ਦਿੱਤਾ ਤੁਸੀਂ ਆਟੋਮੈਟਿਕਲੀ ਇੱਥੇ ਕੀ ਪੁੱਟ ਕਰ ਦੇਣਾ ਜੀ ਦਾ ਠੀਕ ਹੈ ਜੀ ਰਿਲੀਜੀਅਨ ਕਿਸੇ ਵੀ ਧਰਮ ਬਾਰੇ ਗੱਲ ਹੋ ਰਹੀ ਹੈ ਦਾ ਹਿੰਦੂ ਦਾ ਸਿੱਖ ਦਾ ਮੁਸਲਿਮ ਇਹਨਾਂ ਗਿਵੀਆਂ ਪਕੀ ਯੂਜ਼ ਕਰਦੇ ਹਮੇਸ਼ਾ ਦਾ ਯੂਜ਼ ਕਰਦੇ ਹਾਂ ਦਾ ਹਿੰਦੂ ਦਾ ਸਿੱਖ ਦਾ ਮੁਸਲਿਮ ਠੀਕ ਹੈ ਬੱਚੇ ਨੈਕਸਟ ਹੈ ਜੀ ਐਨੀ ਕਲਾਸ ਕਿਸੇ ਵੀ ਕੋਈ ਜਾਤੀ ਸ਼੍ਰੇਣੀ ਦਾ ਮੂਰਤ ਕਰਾਉਂਦੇ ਆ ਨਿਮਿਤ ਦਾ ਡੌਗ ਇਜ਼ ਵੈਰੀ ਫੇਥਫੁਲ ਐਨੀਮਲ ਠੀਕ ਹੈ ਡੌਗ ਹੈ ਹੁਣ ਡੌਗ ਇੱਕ ਡੌਗ ਦੀ ਜਿਹੜੀ ਪ੍ਰਜਾਤੀ ਹੈ ਪੂਰੀ ਪ੍ਰਜਾਤੀ ਵਾਰੇ ਦੱਸ ਰਿਹਾ ਕਿ ਜਿਹੜੇ ਡੌਗਸ ਨੇ ਉਹ ਵਾਜ਼ ਆ ਫੇਥਫੁਲ ਐਨੀਮਲ ਹੈ ਠੀਕ ਹੈ ਉਹ ਜਿਹੜਾ ਫੇਥਫੁਲ ਐਨੀਮਲ ਹੈ ਉਹ ਨਹੀਂ ਪੂਰੀ ਪ੍ਰਜਾਤੀ ਨੂੰ ਇੰਡੀਕੇਟ ਕਰ ਰਿਹਾ ਕਿ ਜਿਹੜੀ ਆਪਣੀ ਡੌਗ ਦੀ ਪ੍ਰਜਾਤੀ ਹੈ ਉਹ ਫੇਥਫੁਲ ਹੈ ਠੀਕ ਹੈ ਤਾਂ ਉਹ ਅਗਰ ਤੁਸੀਂ ਇਦਾਂ ਦਾ ਕੁਛ ਆਂਦਾ ਹੈ ਡੌਗ ਆ ਗਿਆ ਮੰਨ ਲਓ ਹਨਾ ਕੁਝ ਵੀ ਤੋ ਤੋਤੀ ਵੀ ਤੁਸੀਂ ਕੀ ਲਾਣਾ ਹੈ ਦ ਅ ਲਗਾਣਾ ਹੈ ਠੀਕ ਹੈ ਦ ਤੋਤੀ ਕੀ ਲਗਾਣਾ ਹੈ ਦ ਨੈਕਸਟ ਹੈ ਜੀ ਡਾਇਰੈਕਸ਼ਨ ਠੀਕ ਹੈ ਡਾਇਰੈਕਸ਼ਨ ਦਿਸ਼ਾ ਮਾ ਤੁਹਾਨੂੰ ਦਿਸ਼ਾ ਮਰੇ ਤੇ ਅੰਦਰ ਨਾਰਥ ਦਾ ਸਾਊਥ ਦਾ ਈਸਟ ਆਪਣੀਆਂ ਦਾ ਨਾਰਥ ਸਾਊਥ ਈਸਟ ਵੈਸਟ ਠੀਕ ਹੈ ਇਕ ਡਾਇਰੈਕਸ਼ਨ ਹੋ ਰਿਹਾ ਵੈਸਟ ਕਿਤੇ ਵੀ ਤੁਹਾਨੂੰ ਕਿਸੇ ਵੀ ਡਾਇਰੈਕਸ਼ਨ ਦਾ ਨਾਮ ਆਗੇ ਤਾਂ ਉਹਦੇ ਅੱਗੇ ਵੀ ਤੁਸੀਂ ਕੀ ਲਾਣਾ ਦਾ ਦਿੱਤੀ ਹੋਈ ਅੱਗੇ ਨੈਕਸਟ ਹੈ ਜੀ ਵੀ ਯੂਜ਼ ਦਾ ਵਿਦ ਦਾ ਸਨ ਦਾ ਮੂਨ ਦਾ ਅਰਥ ਦਾ ਸਟਾਰਸ ਦਾ ਸਕਾਈ ਠੀਕ ਹੈ ਪਲੈਨਟ ਵਾਲੀਆਂ ਆਪਣੀਆਂ ਜਿਹੜੀਆਂ ਵੀ ਚੀਜ਼ਾਂ ਨੇ ਪਲੈਨਟਸ ਦੇ ਅੰਡਰ ਆਉਂਦੀਆਂ ਨੇ ਉਹਨਾਂ ਅੱਗੇ ਵੀ ਹਮੇਸ਼ਾ ਆਪਾਂ ਕੀ ਲਾਣਾ ਦਾ ਨਿਸ਼ਚਿਤ ਨੇ ਵੀ ਇਹਨਾਂ ਨੂੰ ਵੀ ਆਪਾਂ ਜਨਰਲ ਨਾਮ ਚੈਨ ਨਹੀਂ ਕਰ ਸਕਦੇ ਠੀਕ ਹੈ ਦਾ ਸਨ ਦਾ ਮੂਨ ਦਾ ਅਰਥ ਦਾ ਸਟਾਰਸ ਦਾ ਸਕਾਈ ਤੇ ਇਹਨਾਂ ਸਾਰਿਆਂ ਅੱਗੇ ਆਪਾਂ ਕੀ ਯੂਜ਼ ਕਰਨਾ ਜੀ ਦਾ ਇਤਿਹਾਸਿਕ ਸਥਾਨਾਂ ਦੇ ਨਾਮ ਕੋਈ ਵੀ ਆਪਣੇ ਇਤਿਹਾਸਿਕ ਸਥਾਨ ਦਿੱਤਾ ਹੋਇਆ ਤਾਜ ਮਹਿਲ ਗੋਲਡਨ ਟੈਂਪਲ ਰੈੱਡ ਫੋਰਟ ਦਾ ਤਾਜ ਮਹਿਲ ਦਾ ਗੋਲਡਨ ਟੈਂਪਲ ਐਂਡ ਦਾ ਰੈੱਡ ਫੋਰਟ ਠੀਕ ਹੈ ਜੀ ਤੈਨੂੰ ਸਾਰੇ ਅੱਗੇ ਆਪਾਂ ਕੀ ਯੂਜ਼ ਕਰਨਾ ਹੈ ਆਰਟੀਕਲ ਦਾ ਨੈਕਸਟ ਹੈ ਜੀ ਫਰੀडम फाइਟਰ ਫਰੀडम ਫਾਈਟਰਸ ਦੇ ਨਾਮ ਨਾਲ ਠੀਕ ਹੈ ਦੇਸ਼ ਭਗਤਾਂ ਜਾਂ ਕੋਈ ਵੀ ਮਹਾਨ ਵਿਅਕਤੀਆਂ ਦੇ ਨਾਮ ਨਹੀਂ ਉਹਨਾਂ ਅੱਗੇ ਵੀ ਯੂਜ਼ ਦਾ ਠੀਕ ਹੈ ਵੀ ਯੂਜ਼ ਦਾ ਠੀਕ ਹੈ ਕੋਈ ਵੀ ਮਹਾਨ ਵਿਅਕਤੀ ਨੇ ਉਹਨਾਂ ਦਾ ਕੋਈ ਲੇਜੈਂਡਰੀ ਪਰਸਨ ਨੇ ਤਾਂ ਉਹਨਾਂ ਦੇ ਨਾਮ ਅੱਗੇ ਵੀ ਨਹੀਂ ਅਸ਼ੋਕਾ ਦੀ ਗ੍ਰੇਟ ਅਕਬਰ ਦੀ ਗ੍ਰੇਟ ਦ ਮਹਾਤਮਾ ਗਾਂਧੀ ਠੀਕ ਹੈ ਹੋਰ ਵੀ ਆਪਾਂ ਕਾਫੀ ਐਗਜ਼ਾਮਪਲਸ ਲੈ ਸਕਦੇ ਹਾਂ ਦਭਗਤ ਸਿੰਘ ਠੀਕ ਹੈ ਦ ਰਾਜਗੁਰੂ ਤਾਂ ਇਹਨਾਂ ਸਾਰਿਆਂ ਦੇ ਨਾਮ ਅੱਗੇ ਆਪਾਂ ਕੀ ਯੂਜ਼ ਕਰਦੇ ਹਾਂ ਦ ਠੀਕ ਹੈ ਜੇ ਨੈਕਸਟ ਆਗੇ ਜੀ ਆਪਣਾ ਉਹਨਾਂ ਕਾਮਨ ਨਾਉਨ ਤੋਂ ਪਹਿਲਾਂ ਜਿੰਨਾ ਬਾਰੇ ਦੱਸਿਆ ਗਿਆ ਹੋਵੇ ਠੀਕ ਹੈ ਮਤਲਬ ਆਲਰੇਡੀ ਆਪਾਂ ਸੈਂਟੈਂਸ ਦੇ ਵਿੱਚ ਉਹਨਾਂ ਦੀ ਗੱਲ ਡਿਸਕਸ਼ਨ ਕਰ ਲਈ ਐ ਫੋਰ ਏਗਜ਼ਾਮਪਲ देयर वाज ਅ ਡੌਗ देयर वाज ਅ ਡੌਗ ਇੱਥੇ ਕਹਿੰਨੇ ਇੱਕ ਡੌਗ ਸੀ ਦ ਡੌਗ ਵਾਸ ਵੈਰੀ ਥਰਸਟੀ ਡੌਗ ਦੀ ਗੱਲ ਹੋ ਰਹੀ ਐ ਠੀਕ ਐ ਗੱਲ ਹੋ ਗਈ ਪਹਿਲਾਂ ਕਾਮਨ ਨਾਉਨ ਦੋਨ ਵਾਰੀ ਦੱਸਿਆ ਗਿਆ ਮਤਲਬ देयर वाज ਅ ਡੌਗ ਦ ਡੌਗ ਵਾਸ ਵੈਰੀ ਦੁਆਰਾ ਵੀ ਹੁਣ ਡੌਗ ਦੀ ਗੱਲ ਹੋ ਰਹੀ ਐ ਤਾਂ ਉੱਥੇ ਵੀ ਆਪਾਂ ਉੱਥੇ ਆਪਾਂ ਕੀ ਪੁੱਟ ਕਰਾਂਗੇ ਦਾ ਇਥੇ ਪਾਇਨ ਲਾਉਂਦੇ देयर वाज ਅ ਡੌਗ ਅ ਡੌਗ ਵਾਸ ਵੈਰੀ ਥਰਸਟੀ ਤੇ ਇੱਥੇ ਪਾ ਦ ਲਾਗਾ ਮੰਗੀ ਜਿੰਨਾ ਵਾਰੀ ਪਹਿਲਾਂ ਹੀ ਦੱਸ ਚੁੱਕੇ ਆ ਉਹ ਤਾਂ ਦੂਸਰੀ ਸੈਕਿੰਡ ਟਾਈਮ ਅਗਰ ਆਪਾਂ ਉਹਦੇ ਵਾਰੀ ਗੱਲ ਕਰ ਰਹੇ ਆ ਉਦੋਂ ਤੋਂ ਦ ਲਾ ਕੇ ਦ ਲਾ ਕੇ ਸੈਂਟੈਂਸ ਬਣਾਵਾਂਗੇ ਠੀਕ ਹੈ ਜੀ ਜਾਂ ਦ ਲਾ ਕੇ ਸੈਂਟੈਂਸ ਸਟਾਰਟ ਕਰਾਂਗੇ ਨੈਕਸਟ ਟਾਈਮ ਨੈਕਸਟ ਜੀ ਹਿਸਟੋਰੀਕਲ ਇਵੈਂਟਸ ਕੋਈ ਵੀ ਹਿਸਟੋਰੀਕਲ ਇਵੈਂਟ ਮਤਲਬ ਪਹਿਲਾਂ ਹੋ ਚੁੱਕੀ ਆ ਆਪਣੀ ਠੀਕ ਹੈ ਇਤਿਹਾਸਿਕ ਈਵੈਂਟ ਦਾ ਬੈਟਲ ਆਫ ਪਲਾਸੀ ਪਲਾਸੀ ਦੀ ਲੜਾਈ ਦਾ ਬੈਟਲ ਆਫ ਪਾਨੀਪਤ ਜਿੰਨਾ ਮੂਰੇ ਵੀ ਆਪਾਂ ਕੀ ਯੂਜ਼ ਕਰਾਂ ਠੀਕ ਹੈ ਜੀ ਹਿਸਟੋਰੀਕਲ ਈਵੈਂਟ ਕੋਈ ਵੀ ਹਿਸਟੋਰੀਕਲ ਈਵੈਂਟ ਜਿਹੜਾ ਆਪਣਾ ਇਤਿਹਾਸਿਕ ਈਵੈਂਟ ਹੈ ਉਹਨਾਂਗੇ ਵੀ ਆਪਾਂ ਕੀ ਯੂਜ਼ ਕਰਾਂਗੇ ਦਾ ਕਾਰਡੀਨਲ ਨੰਬਰ ਫਰਸਟ ਸੈਕਿੰਡ ਥਰਡ ਫੋਰਥ ਫਿਫਥ ਸਿਕਸਥ ਸੈਵਨਥ ਏਥ ਨਾਈਨ 10th ਇਹ ਸਾਰੇ ਆਪਣੇ ਕਾਰਡੀ ਕਾਰਡੀਨਲ ਨੰਬਰ ਨੇ ਉਹਨਾਂ ਦੇ ਅੱਗੇ ਵੀ ਆਪਾਂ ਕੀ ਯੂਜ਼ ਕਰਾਂਗੇ ਦਾ ਦਾ ਥਰਡ ਗਰਲ ਇਨ ਦਾ ਫਿਫਥ ਰੋ ਕਿਹੜੀ ਰੋ ਫਿਫਥ ਰੋ ਫਿਫਥ ਦੇ ਅੱਗੇ ਵੀ ਦਾ ਥਰਡ ਦੇ ਅੱਗੇ ਵੀ ਦਾ ਇਸ ਮਾਈ ਐਲਡਰ ਸਿਸਟਰ ਠੀਕ ਹੈ ਤਾਂ ਕੋਈ ਵੀ ਗਾਰਡੀਨਲ ਗਾਰਡੀਨਲ ਨੰਬਰ ਹੈ ਉਹਦੇ ਅੱਗੇ ਵੀ ਆਪਾਂ ਕੀ ਪੁੱਟ ਕਰਨਾ ਵੀ ਪੁੱਟ ਦ ਠੀਕ ਹੈ ਜੀ ਯੂਜ਼ ਬਿਫੋਰ ਸੁਪਰਲੇਟਿਵ ਡਿਗਰੀ ਯੂਜ਼ ਬਿਫੋਰ ਸੁਪਰਲੇਟਿਵ ਡਿਗਰੀ ਐਨੀ ਸੁਪਰਲੇਟਿਵ ਡਿਗਰੀ ਆਪਾਂ ਨੂੰ ਕੋਈ ਵੀ ਪ੍ਰੈਜ਼ੈਂਟ ਹੈ ਥੈਨ ਵੀ ਯੂਜ਼ ਦਾ ਬਿਫੋਰ ਇਟ ਤਾਂ ਉਹਦੇ ਵੀ ਅੱਗੇ ਆਪਾਂ ਕੀ ਯੂਜ਼ ਕਰਨਾ ਹੈ ਦ ਦਾ ਮੋਸਟ ਬਿਊਟੀਫੁਲ ਸੀਨ ਦਾ ਟਾਲੈਸਟ ਬਿਲਡਿੰਗ here tallest and most are superlative degrees theek hai in these sentences the most and tallest these are superlative degrees ta inna de apan inna de pehla vi apan ki use karna hai theek hai before a superlative degree we use the degree sorry theek hai bachche hope tanu session acha lag reha huga like kar do naal naal comment bhi kar de ho ji theek hai ji ede naal hi apna aj da session jehda oh khatam hunda hai ji thank you ਥੈਂਕ ਯੂ ਸੋ ਮੱਚ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਜਿਹੜਾ ਪਸੰਦ ਆਇਆ ਹੋਊਗਾ ਤੁਹਾਡੀ ਜਿਹੜੀ ਡਾਊਟਸ ਨੇ ਤੁਹਾਡੀ ਜਿਹੜੀ ਡਾਊਟਸ ਨੇ ਰਾਜੀ ਰਿਲੇਟਡ ਆਰਟੀਕਲਸ ਰਿਲੇਟਡ ਟੂ ਆਰਟੀਕਲਸ ਸੋ ਸਾਰੀ ਕਲੀਅਰ ਹੋ ਗਈ ਹੋਣਗੇ ਤਾਂ ਇਹਨਾਂ ਇਹੀ ਸਾਰੇ ਰੂਲਸ ਨੇ ਅਗਰ ਤੁਹਾਨੂੰ ਇਹ ਸਾਰੇ ਰੂਲਸ ਛੇ ਤਰੀਕੇ ਨਾਲ ਆਉਂਦੇ ਆ ਤਾਂ ਤੁਸੀਂ ਈਜ਼ੀਲੀ ਜਿਹੜਾ ਆਰਟੀਕਲ ਉਹ ਪੁੱਟ ਕਰ ਸਕਦੇ ਹੋ ਤਾਂ ਤੁਹਾਨੂੰ ਕੋਈ ਵੀ ਐਗਜ਼ਾਮ ਦੇ ਵਿੱਚ ਦਿੱਕਤ ਨਹੀਂ ਆਣੀ ਤਾਂ ਨੈਕਸਟ ਬੱਚੇ ਆਪਾਂ ਆਪਣੀ ਨੈਕਸਟ ਟੌਪਿਕਸ ਦੇ ਉੱਤੇ ਵੀਡੀਓ ਇਨ ਇੰਗਲਿਸ਼ 'ਚ ਹੀ ਲੈ ਕੇ ਆਵਾਂਗੇ ਇੰਗਲਿਸ਼ ਦੇ ਨੈਕਸਟ ਟਾਪਿਕ ਤੇ ਵੀਡੀਓ ਲੈ ਕੇ ਆਵਾਂਗੇ ਸਟੇ ਟਿਊਨ ਰਾਜੀ ਸਟੇ ਟਿਊਨ ਆਪਾਂ ਨੈਕਸਟ ਵੀਡੀਓ ਬਹੁਤ ਜਲਦ ਲੈ ਕੇ ਆਵਾਂਗੇ ਥੋੜਾ ਜਿਹਾ ਬਿਜੀ ਚੱਲ ਰਿਹਾ ਸ਼ਡਿਊਲ ਡਿਊਟੀ ਟੀਚਿੰਗ ਤਾਂ ਆਪਾਂ ਨੈਕਸਟ ਵੀਡੀਓ ਬਹੁਤ ਜਲਦੀ ਲੈ ਕੇ ਆਵਾਂਗੇ ਵੇਟ ਕਰਦੇ ਹੋ ਰਾਜੀ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਡੇ ਬਾਏ ਬਾਏ